ਤੇ ਦੇਖ ਰਹੇ ਹੋ ਜਸ ਟੀਵੀ ਮੈਂ ਹਕੀਪ ਸਿੰਘ। ਕਿਸਾਨਾਂ ਦੀ ਗੱਲ ਅਸੀਂ ਵਾਰ ਵਾਰ ਚੁੱਕੀ, ਕਿਸਾਨਾਂ ਦੇ ਮੁੱਦੇ ਵਾਰ ਵਾਰ ਚੁੱਕੇ ਅਤੇ ਕਿਸਾਨਾਂ 'ਤੇ ਅਸੀਂ ਇਹ ਵਾਰ ਵਾਰ ਕਹਿੰਦੇ ਰਹੇ ਹਾਂ ਕਿ 2019 ਦਾ ਫੈਸਲਾ ਕਿਸਾਨ ਵੋਟ ਬੈਂਕ ਨਹੀਂ, ਕਿਸਾਨੀ ਦੇ ਮੁੱਦਿਆਂ 'ਤੇ ਹੋਣਾ ਚਾਹੀਦਾ। ਇਸ ਵੱਲ ਸਰਕਾਰ ਨੇ ਕਦਮ ਅੱਗੇ ਵਧਾ ਦਿੱਤੇ ਹੈ, ਪਰ ਸਰਕਾਰ ਦੇ ਇਹ ਕਦਮ ਕਿੰਨੇ ਸਵਾਗਤ ਵਾਲੇ ਹੈਗੇ ਆ ਅਤੇ ਕਿੰਨੇ ਨਹੀਂ ਹੈਗੇ? ਪਰ MSP ਦੇ ਵਿੱਚ ਵਾਅਦਾ ਕਰਕੇ ਸਰਕਾਰ ਨੇ ਕਿਹਾ ਹੈ ਕਿ ਇਤਿਹਾਸਿਕ ਫੈਸਲਾ ਲਿਆ ਗਿਆ ਅਤੇ 12 ਕਰੋੜ ਦੇਸ਼ ਦੇ 12 ਕਰੋੜ ਕਿਸਾਨਾਂ ਨੂੰ ਫਾਇਦਾ ਹੋਵੇਗਾ। 15,000 ਕਰੋੜ ਦਾ ਕਿਸਾਨਾਂ 'ਤੇ ਜਿਹੜਾ MSP ਵਾਲਾ ਵਾਅਦਾ ਦਿੱਤਾ ਹੈ ਅਤੇ ਉਹ 15,000 ਕਰੋੜ ਆ ਜਿਹੜਾ ਸਰਕਾਰ 'ਤੇ ਬੋਝ ਪਵੇਗਾ। ਇਸ ਦੇ ਨਾਲ ਦੇਸ਼ ਦੀ ਆਮ ਜਨਤਾ ਇਹ ਸੋਚਣ ਲੱਗ ਪਈ ਹੈ ਕਿ ਮਹਿੰਗਾਈ ਵੱਧ ਜਾਵੇਗੀ। ਸਾਰੇ ਪਹਿਲੂਆਂ 'ਤੇ ਚਰਚਾ ਕਰਾਂਗੇ ਮੋਦੀ ਦਾ MSP ਕਾਰਡ। ਅੱਜ ਬਹਿਸ ਇਸ ਕਰਕੇ ਕਰ ਰਹੇ ਹਾਂ ਟੂ ਦਾ ਪੁਆਇੰਟ ਵਿੱਚ। ਬਹਿਸ ਦਾ ਵਿਸ਼ਾ ਹੈਗਾ ਕੇਂਦਰ ਸਰਕਾਰ ਨੇ ਸਾਉਣੀ ਦੀਆਂ ਫਸਲਾਂ ਦੀ MSP ਵਿੱਚ ਵਾਧਾ ਕੀਤਾ, ਝੋਨੇ ਦੀਆਂ ਕੀਮਤਾਂ 'ਚ 200 ਰੁਪਏ ਫੀ ਕੁਇੰਟਲ ਦਾ ਇਜ਼ਾਫਾ ਮਨਜ਼ੂਰ ਕੀਤਾ ਕੇਂਦਰੀ ਕੈਬਨਿਟ ਨੇ। ਦਾਲਾਂ ਦੀਆਂ ਕੀਮਤਾਂ ਵੀ ਵਧਾਈਆਂ ਗਈਆਂ, 200 ਰੁਪਏ ਫੀ ਕੁਇੰਟਲ ਤੱਕ ਇਹ ਵੀ ਵਧਾ ਦਿੱਤੀਆਂ ਗਈਆਂ ਅਤੇ ਕਪਾਹ ਦੀ ਫਸਲ 'ਚ 1100 ਰੁਪਏ ਤੋਂ ਵੱਧ ਦਾ ਇਜ਼ਾਫਾ ਕੀਤਾ ਗਿਆ। ਕੇਂਦਰ ਦੇ ਵਾਧੇ ਦੇ ਫੈਸਲੇ 'ਤੇ ਕਿਸਾਨ ਜਥੇਬੰਦੀਆਂ ਦਾ ਰਲਿਆ ਮਿਲਿਆ ਪ੍ਰਤੀਕਰਮ ਆ। ਹਾਲਾਂਕਿ ਖਬਰਾਂ ਵੀ ਆ ਰਹੀਆਂ ਕਿ ਕੁਝ ਕਿਸਾਨ ਜਥੇਬੰਦੀਆਂ ਨਾਰਾਜ਼ ਹੋ ਗਈਆਂ ਨੇ ਅਤੇ ਸੰਘਰਸ਼ ਦਾ ਬਿਗਲ ਉਹਨਾਂ ਨੇ ਵਜਾ ਦਿੱਤਾ। ਫੈਸਲੇ ਸਵਾਗਤ ਦੇ ਨਾਲ ਨਾਲ ਕਿਸਾਨੀ ਨਾਲ ਜੁੜੀਆਂ ਮੁਸ਼ਕਲਾਂ ਦੂਰ ਕਰਨ ਦੀ ਅਪੀਲ ਕੀਤੀ ਹੈ ਕਿਸਾਨ ਜਥੇਬੰਦੀਆਂ ਨੇ। ਵਿਰੋਧੀ ਧਿਰਾਂ ਨੇ ਵਾਧੇ ਦੀ ਟਾਈਮਿੰਗ 'ਤੇ ਸਵਾਲ ਚੁੱਕ ਦਿੱਤੇ ਆ। ਜ਼ਾਹਿਰ ਜੀ ਗੱਲ ਹੈ, ਸਵਾਲ ਚੁੱਕੇ ਜਾਣਗੇ 2019 ਚੋਣਾਂ ਲਈ। ਇਹ ਸਟੰਟ ਦਾ ਸਿੱਟਾ ਅਤੇ ਸਵਾਲ ਜਿਹੜਾ ਮਹੱਤਵਪੂਰਨ ਇਸ ਬਹਿਸ ਦੇ ਪੁੱਛਣਾ, ਸਵਾਲ ਇੱਕੋ ਹੀ ਪੁੱਛਾਂਗੇ, 14 ਫਸਲਾਂ ਦੀ MSP ਵਿੱਚ ਕੇਂਦਰ ਵੱਲੋਂ ਕੀਤਾ ਵਾਅਦਾ ਕਿਸਾਨੀ ਨੂੰ ਕਿੰਨਾ ਹੁੰਗਾਰਾ ਦੇਵੇਗਾ? ਖਾਸ ਪੈਨਲ ਸਾਡੇ ਨਾਲ ਮੌਜੂਦ ਹੈਗਾ, ਉਹਨਾਂ ਦਾ ਤੁਹਾਡਾ ਤਾਰਫ ਕਰਾ ਰਿਹਾ ਮਦਨਦੀਪ ਸੀਨੀਅਰ ਪੱਤਰਕਾਰ ਨੇ। ਮਦਨਦੀਪ ਤੁਹਾਡਾ ਬਹੁਤ ਸਵਾਗਤ ਹੈ। ਮੇਹਰ ਸਿੰਘ ਥੇੜੀ ਭਾਰਤੀ ਕਿਸਾਨ ਯੂਨੀਅਨ ਸਿੱਧੂਪੁਰ ਤੋਂ ਨੇ, ਥੇੜੀ ਸਾਹਿਬ ਤੁਹਾਡਾ ਬਹੁਤ ਸਵਾਗਤ ਹੈ। ਮੇਜਰ ਡਾਕਟਰ AP ਸੁਨਵਾਰੀਆ ਭਾਰਤੀ ਜਨਤਾ ਪਾਰਟੀ ਤੋਂ ਨੇ, ਡਾਕਟਰ ਅਮਰ ਸਿੰਘ ਕਾਂਗਰਸ ਤੋਂ ਨੇ, ਜਸਟਿਸ ਸਿੰਘ ਆਮ ਆਦਮੀ ਪਾਰਟੀ ਤੋਂ ਨੇ, ਨਵਦੇਵ ਸਿੰਘ ਆਖਰੀ ਸ਼੍ਰੋਮਣੀ ਅਕਾਲੀ ਦਲ ਤੋਂ ਨੇ, ਸਾਰੇ ਮਾਣਾਂ ਦਾ ਬਹੁਤ ਸਵਾਗਤ ਕਰਦੇ ਹਾਂ। ਸਭ ਤੋਂ ਪਹਿਲਾਂ ਸਵਾਲ ਡਾਕਟਰ ਅਮਰ ਸਿੰਘ ਤੁਹਾਨੂੰ ਕਰਨਾ ਚਾਹੂੰਗਾ। ਡਾਕਟਰ ਅਮਰ ਸਿੰਘ, ਵੈਲਕਮ ਕਰਦੇ ਹੋ ਇਸ ਸਟੈਪ ਦਾ? ਵੈਲਕਮ, ਦੇਖੋ ਦੇਰ ਆਏ ਦਰੁਸਤ ਵਾਲੀ ਗੱਲ ਤਾਂ ਜ਼ਰੂਰ ਹੈਗੀ ਆ, ਲੇਕਿਨ ਮੋਦੀ ਜੀ ਦਾ BJP ਦਾ ਜਿਹੜਾ ਮੇਨ ਮੁੱਦਾ ਹੈਗਾ, ਹਰ ਚੀਜ਼ ਪੋਲੀਟੀਕਲ ਕਰਨਾ ਹੈਗਾ। ਮੈਂ ਤੁਹਾਨੂੰ ਇਹਨਾਂ ਦੇ ਜਦੋਂ ਦੇ 4 ਸਾਲ ਦੇ ਬਣੇ ਆ, 5ਵਾਂ ਸਾਲ ਸ਼ੁਰੂ ਹੋ ਗਿਆ, ਇਹਨਾਂ ਨੇ MSP ਕਿੰਨਾ ਹਰ ਸਾਲ ਵਧਾਇਆ ਦੱਸ ਦਿੰਦਾ। ਇਹਨਾਂ ਨੇ 14-15 'ਚ 50 ਰੁਪਈਏ ਵਧਾਇਆ ਸੀ, 3.8%, 15-16 'ਚ 50 ਰੁਪਏ ਵਧਾਇਆ ਸੀ, 3.6%, 16-17 'ਚ ਵਧਾਇਆ ਸੀ 60 ਰੁਪਏ, 4.6%। ਨਹੀਂ ਨਹੀਂ, ਪਰ ਸਵਾਲ ਇਹ ਆ, ਹੁਣ ਸਡਨਲੀ ਇਲੈਕਸ਼ਨ ਆ ਰਿਹਾ ਤੇ ਆਪਣਾ ਤੁਸੀਂ 12.9 ਮਤਲਬ 13% ਵਧਾਤਾ ਹੈਗਾ। ਭਾਈ ਸਾਹਿਬ, ਇਹ ਪਿਛਲੇ 4 ਸਾਲ ਤੋਂ ਕਿਸਾਨੀ ਨੂੰ ਫਾਇਦਾ ਹੋ ਰਿਹਾ ਕਿ ਨਹੀਂ ਹੋ ਰਿਹਾ? ਤੁਹਾਨੂੂੰ ਫਾਇਦਾ ਹੋਵੇ ਨਾ ਹੋਵੇ, ਕਿਸਾਨੀ ਨੂੰ ਹੋ ਰਿਹਾ ਕਿ ਨਹੀਂ ਹੋ ਰਿਹਾ, ਮੈਨੂੰ ਦੱਸੋ। ਨਹੀਂ ਨਹੀਂ, ਸਵਾਲ ਦੇਖੋ, ਕਿਸਾਨੀ MSP ਨਹੀਂ ਹੈਗੀ। ਇੱਕ ਤਾਂ ਕਿਸਾਨ ਨੂੰ ਆਪਾਂ MSP ਨਾਲ ਇੰਨਾ ਜੋੜ ਦਿੰਦੇ ਹੈਗੇ ਆ, ਰੀਅਲ ਇਸ਼ੂ ਫਾਰਮ ਇਨਕਮ ਹੈ। MSP ਜਸਟ ਵਨ ਆਫ ਦੀ ਕੰਪੋਨੈਂਟਸ, ਅਸੀਂ ਉਹਨੂੰ MSP ਨਾਲ ਜੋੜ ਕੇ ਸਾਰੇ ਮੁੱਦੇ ਨੂੰ ਅਸੀਂ ਡਾਇਲੂਟ ਕਰ ਦਿੰਦੇ ਹਾਂ। ਇੱਥੇ ਮੇਰੇ ਕਿਸਾਨ ਭਰਾ ਬੈਠੇ ਹੈਗੇ, ਉਹਨਾਂ ਤੋਂ ਪੁੱਛੋ, ਫਾਰਮ ਇਨਕਮ ਇਸ਼ੂ ਹੈ ਕਿ MSP ਇਸ਼ੂ ਹੈਗਾ? ਇੰਨਾ ਵੱਡਾ ਜੇ 2022 ਤੱਕ ਅਸੀਂ ਕਰ ਦਾਂਗੇ ਨਾ ਜੋ ਵਾਅਦਾ ਕੀਤਾ, 2022 ਤੱਕ ਕਹਿੰਦੇ ਵਾਅਦਾ ਪੂਰਾ ਕਰਾਂਗੇ ਅਸੀਂ। ਸਵਾਲ ਇਕੱਲੇ MSP ਦਾ ਨਹੀਂ ਹੈਗਾ, ਮੈਂ ਬਾਰ ਬਾਰ ਗੱਲ ਕਹਿ ਰਿਹਾ ਹੈਗਾ, MSP ਨਹੀਂ ਹੈਗਾ, ਕਿਸਾਨੀ ਆਮਦਨ ਦੀ ਗੱਲ ਆ, ਕਿਸਾਨ ਦੀ ਆਮਦਨ ਦੀ ਆ। ਚਲੋ ਠੀਕ, ਔਰ ਇੱਕ ਮਿੰਟ, ਸਵਾਲ ਦੂਸਰਾ ਹੈਗਾ ਕਿ ਇਹਨਾਂ ਦੇ ਪਿਛਲੇ 4 ਸਾਲਾਂ 'ਚ 1960 ਤੋਂ ਲੈ ਕੇ ਹੁਣ ਤੱਕ ਐਗਰੀ GDP ਗਰੋਥ 2.6% ਰਹੀ ਆ, UPA ਦੀ ਕਰੀਬ ਕਰੀਬ 3.8-3.9% ਰਹੀ ਆ, ਇਹ ਭਾਈ ਸਾਹਿਬ ਦੇ 4 ਸਾਲ 'ਚ 1.8% ਹੈ ਐਗਰੀ GDP ਗਰੋਥ, ਐਗਰੀਕਲਚਰ ਇਨਕਮ ਨੂੰ ਇਹਨਾਂ ਨੇ 4 ਸਾਲ 'ਚ ਅੱਧਾ ਕਰਤਾ। ਹੁਣ ਉਸ ਦੇ ਨੂੰ ਕੁਛ ਵਧਾ ਕੇ ਪੁਰਾਣੇ ਵਾਲੇ ਦੇ ਬਰਾਬਰ ਲੈ ਆਉਣਗੇ, ਇਹਨੂੰ ਕਹਿਣਗੇ ਅਸੀਂ MSP ਵਧਾਤਾ। ਇਸੇ ਕਰਕੇ ਮੈਂ ਕਹਿੰਦਾ, ਫਾਰਮ ਇਨਕਮ ਦੀ ਗੱਲ ਕਰੀਏ, MSP ਦੀ ਸ਼ਗੂਫਾ ਲੱਗਦਾ ਪਿਆ ਹੈ, ਹੋਰ ਕੀ ਪੋਲੀਟੀਕਲ। ਚਲੋ ਠੀਕ ਹੈ, ਰਾਜਨਾਥ ਸਿੰਘ ਹੋਰਾਂ ਨੇ ਕਿਹਾ ਕੀ ਹੈ, ਕਿਉਂਕਿ ਉਹ ਆਪਦੇ ਆਪ ਨੂੰ ਕਿਸਾਨ ਪੱਖੀ ਨੇਤਾ ਕਹਿੰਦੇ ਆ, ਤੇ ਜਦੋਂ ਉਹ UP ਦੇ ਵਿੱਚ ਮੁੱਖ ਮੰਤਰੀ ਰਹੇ ਆ ਤੇ ਉਹਨਾਂ ਦੇ ਨਾਮ ਤੇ ਆਉਂਦਾ ਕਿ ਉਹਨਾਂ ਨੇ ਬਹੁਤ ਵੱਡੇ ਫੈਸਲੇ। ਰਾਜਨਾਥ ਸਿੰਘ ਹੋਰਾਂ ਨੇ ਇਸ ਕੈਬਨਿਟ ਮੀਟਿੰਗ ਤੋਂ ਬਾਅਦ ਕਿਹਾ ਕੀ ਕੁਛ ਹੈ, ਪਹਿਲਾਂ ਸੁਣ ਲਈਏ। ਜੋ ਵੀ ਲਾਗਤ ਮੁੱਲ ਹੈ, ਇਨਪੁਟ ਕਾਸਟ ਹੈ, ਉਸ ਦੀ 1.5 ਗੁਣਾ ਕੀਮਤ ਦੇਣਗੇ, ਯਾਨੀ 150% ਲਾਗਤ ਮੁੱਲ ਦਾ 1.5 ਗੁਣਾ ਇਨਪੁਟ ਕਾਸਟ ਕੇ 1.5 टाइम्स हम उनको कीमत देंगे। आज की कैबिनेट में यह फैसला हुआ है।
कोटा में एक आज यह ऐतिहासिक फैसला मोदी जी के नेतृत्व में आज की कैबिनेट ने किया है। स्वाभाविक है कि देश का सबसे बड़ा कंज्यूमर होने के कारण यहाँ हमारे फार्मर्स की इनकम बढ़ेगी, वही बट नेचुरल है कि उसकी परचेजिंग कैपेसिटी बढ़ेगी। जब परचेजिंग कैपेसिटी उसकी बढ़ेगी तो स्वाभाविक रूप से उसका पॉजिटिव इम्पैक्ट एक वाइडर इकोनॉमी को भी होगा। आज फैसला हुआ है हमारी कैबिनेट में CACP यानी कमीशन फॉर एग्रीकल्चर कास्ट एंड प्राइसेज, इसने जो निकाला है धान के लिए पैडी के लिए, वह उसकी इनपुट कास्ट निकाली है 1166 रुपीज, लेकिन हमारी सरकार ने उसमें 50% की बढ़ोतरी की है। अब हमारे देश के किसानों को मिनिमम सपोर्ट प्राइस जो धान की मिलेगी वह 1750 रुपीज पर क्विंटल मिलेगी। मैं स्वयं किसान हूं, किसान परिवार से आता हूं, लेकिन मैं कह सकता हूं कि मैंने भी कभी कल्पना नहीं की थी कि कोई ऐसी गवर्नमेंट आएगी जो कि मिनिमम सपोर्ट प्राइस में इस हद तक एक ही बार में बढ़ोतरी करेगी। इसीलिए मैंने कहा कि यह कोई साधारण फैसला नहीं है बल्कि एक बहुत ही एक ऐतिहासिक फैसला है और इसका स्वाभाविक रूप से किसानों में बहुत ही अच्छा एक संदेश जाएगा, उनके अंदर एक सेंस ऑफ कॉन्फिडेंस पैदा होगा, एक आत्मविश्वास का भाव पैदा होगा और हताशा और निराशा की जो स्थिति थी किसानों की उससे उसे निजात मिलेगी, ऐसा मेरा पूरा विश्वास है। श्रोमणी अकाली दल की टिप्पणी करूंगा। देखो मैं तो कहना बड़ा इतिहासिक फैसला है, भारत के आजाद भारत के पहला यह वड्डा फैसला कि किसानों लई एडा वड्डा MC विच इजाफा करना केंद्र की सरकार वालों। मैं माणयोग साढ़े अमर सिंह जी बेशक इन्होंने टेढ़े तरीके गल कही है, देर आए दुरुस्त आए, लेकिन मैं समझा कि दुरुस्त फैसला किसानों की तरसयोग हालत के मलम पट्टी लाने के बराबर मोदी जी ने किया और जो उन्होंने वायदा किया 200 रुपए वादे के नाल झोने दे विच 200 रुपए वादे के नाल इतिहासिक नहीं मलम पट्टी मलम पट्टी रुक जान गया। मैं मलम पट्टी दी गल कीती है कि तुसी तो बहुत काले हो, तुसी तो बहुत काले हो, 3 तारीख नु तुहाडा प्रेस रिलीज हो जांदा है, कैबिनेट दे फैसले तो पहला तुसी स्वागत कर रहे हो, आ देख लो। सुनो मेरी गल, सुनो मेरी गल, अकाली दल क्यों ना स्वागत करे, अकाली दल किसानां दी बंतर जो बनी हुई श्रोमणी अकाली दल पार्टी है, किसानां दी हितैषी पार्टी है और भारत दे विच कल्ला पंजाब सूबा ऐसा है जिथे अज भी किसानों नूं फ्री बिजली दिती जा रही है किसानों नूं, क्योंकि उन्हां दी हालत तरसयोग सी। साहब प्रकाश सिंह बादल जिन्हां नूं लोक नायक कहिंदे पंजाब दे लोक, उन्हां दा बहुत वड्डा इतिहासिक फैसला सी और भारतीय जनता पार्टी साडे पंजाब च भाईवाल पार्टी सी, दोनों पार्टियां मिल के फैसला किया किसानों नूं उच्चा चुकण लई। अज मोदी साहब ने फैसला अज मोदी साहब ने जो फैसला किया जो मोदी साहब ने कहा दुगनी करनी है, केपी जी जो मोदी साहब ने कहा दुगनी करनी, अज डेढ़ गुणा दुगनी होएगी और लोगों नूं विश्वास करना चाहिए। तुहानूं राती पता लग गया सी कैबिनेट की फैसला करेगा, लोगों नूं विश्वास करना चाहिए, तुहानूं विश्वास करना चाहिए, हर गल नूं पोलिटिकल रंगत नहीं देनी चाहिए। हर गल नूं तुसीं पहलां तो कहता भी हां स्वागत करदे आं केपी जी, बिल्कुल आप प्रेस रिलीज तुहाडा फैसला ही दा जो ਦੇ ਵਰਗੇ ਜਵਾਨਾਂ ਤੋਂ ਅਕਾਲੀ ਦਲ ਨੇ ਐਪਰੀਸ਼ੀਏਟ ਕੀਤੀ ਹੈ ਇਸ ਗੱਲ ਨੂੰ, ਅਸੀਂ ਡਿਨਾਈ ਨਹੀਂ ਕਰਦੇ, ਤੁਹਾਡੇ ਵਰਗੇ ਲੋਕਾਂ ਦੀ ਉਪਜ ਹੈ ਨਾ ਜੀ। ਚਲੋ ਠੀਕ ਹੈ, ਮੈਨੂੰ ਇਤਿਹਾਸਿਕ ਫੈਸਲਾ ਸਵਾਗਤ ਕਰੋ ਦੋਨਾਂ ਹੱਥ ਨਾਲ, ਮੋਦੀ ਸਾਹਿਬ ਨੂੰ ਜਾ ਕੇ ਹਾਰ ਪਾਓ, ਕਿਸਾਨੀ ਕਿਉਂ ਹਾਰ ਪਾਉਣ ਜਾਵੇ। ਮੋਦੀ ਸਾਹਿਬ ਅੱਜ ਤੋਂ 2 ਕੁ ਮਹੀਨੇ ਪਹਿਲਾਂ ਮਾਰਚ ਦੇ ਮਹੀਨੇ ਵਿੱਚ ਜਦੋਂ ਐਜੀਟੇਸ਼ਨ ਭਾਰਤੀ ਕਿਸਾਨ ਯੂਨੀਅਨ ਨੇ ਚਲਾਈ, ਅੰਨਾ ਹਜ਼ਾਰੇ ਜੀ ਵਰਤ 'ਤੇ ਬੈਠੇ, ਉਸ ਵੇਲੇ ਜਿਸ ਦਿਨ ਵਰਤ ਖਿਲਾਇਆ ਗਿਆ ਇੱਕ ਸਾਡਾ ਪ੍ਰਧਾਨ BKU ਦਾ ਬੈਠਾ ਸੀ ਸਰ ਜਗਜੀਤ ਸਿੰਘ ਵਰਤ 'ਤੇ, ਅਤੇ ਦੂਜਾ ਅੰਨਾ ਹਜ਼ਾਰੇ ਜੀ ਬੈਠੇ ਸੀ। ਉਹ ਸਾਡੇ ਕੋਲ ਲਿਖਤ ਮੌਜੂਦ ਹੈ ਕਿ ਤੁਹਾਨੂੰ ਡਾਕਟਰ ਸਵਾਮੀਨਾਥਨ ਦੀ ਕਮੇਟੀ ਦਾ ਰੇਟ ਦਿੱਤਾ ਜਾਊਗਾ। ਹੁਣ ਜਦੋਂ ਰੇਟ 200 ਰੁਪਏ ਵਾਧਾ ਕਰ ਦਿੱਤਾ ਹੈ ਤਾਂ ਡਾਕਟਰ ਸਵਾਮੀਨਾਥਨ ਦੀ ਰਿਪੋਰਟ ਕਿੱਥੇ ਗਈ? ਇੱਕ ਸਵਾਲ ਮੈਂ ਹੋਰ ਤੁਹਾਨੂੰ ਕਰਨਾ ਸੀ, ਉਹਨਾਂ ਨੇ ਰਾਜਨਾਥ ਸਿੰਘ ਨਾਲ ਜਿਹੜੀ ਗੱਲ ਕੀ ਹੈ CACP ਦੇ ਅਧੀਨ, ਉਹਨਾਂ ਨੇ ਕਿਹਾ 1166 ਰੁਪਏ ਇਨਪੁੱਟ ਕੋਸਟ ਬਣਦੀ ਹੈ ਝੋਨੇ ਦੀ,
ਤੇ ਉਹਨਾਂ ਨੇ ਕਿਹਾ ਸੀ 50% ਇਜ਼ਾਫਾ ਕਰ ਰਹੇ ਹਾਂ ਤੇ ਹੁਣ 1750 ਰੁਪਏ ਦੇ ਰਹੇ ਹਾਂ, 1166 ਰੁਪਏ ਖਰਚਾ ਹੁੰਦਾ, ਕਿੰਨਾ ਹੁੰਦਾ ਮੈਨੂੰ ਦੱਸੋ। ਮੈਂ ਇਹ ਪੁੱਛਣਾ ਚਾਹੁੰਦਾ ਜੀ ਮੋਦੀ ਜੀ ਨੂੰ ਜਾਂ ਬੀਜੇਪੀ ਦੀ ਵੀ ਕਿਹੜੀ ਕਮੇਟੀ ਬਣੀ ਹੈ 12 ਦੀ, ਕਿਹੜੇ ਕਿਸਾਨ ਵਿੱਚ ਬੁਲਾਏ ਗਏ ਆ ਜਿਨ੍ਹਾਂ ਨੇ ਫੈਸਲਾ ਕੀਤਾ ਕਿ 1100 ਰੁਪਇਆ ਖਰਚ ਆਉਂਦਾ। ਕਿੰਨਾ ਖਰਚ ਆਉਂਦਾ ਉਹ 1160 ਰੁਪਏ ਕਹਿ ਰਹੇ, ਕਿੰਨਾ ਖਰਚ ਆਉਂਦਾ ਝੋਨੇ ਤੇ? ਝੋਨੇ ਤੇ ਜਿਹੜਾ ਖਰਚ ਆਉਂਦਾ ਹੈ ਉਹ ਤਾਂ 1800 ਰੁਪਏ ਦੇ ਲਗਭਗ ਆਉਂਦਾ। 3000 ਰੁਪਇਆ ਘੱਟੋ ਘੱਟ 3000 ਤੇ ਉੱਤੇ ਰੇਟ ਦੇਣ ਤਾਂ ਜਿਹੜਾ ਡਾਕਟਰ ਸਵਾਮੀਨਾਥਨ ਕਮੇਟੀ ਦਾ ਰੇਟ ਆ ਉਹਨੂੰ ਮੰਨਿਆ ਜਾਊਗਾ। ਇਹਦਾ ਮਤਲਬ ਜਿਹੜਾ ਤੁਹਾਡਾ ਖਰਚਾ ਹੈਗਾ ਲਾਗਤ ਮੁੱਲ ਉਹ ਵੀ ਤੁਹਾਡਾ ਪੂਰਾ ਨਹੀਂ ਪੈ ਰਿਹਾ ਇਸ MSP ਨਾਲ। ਇਹ ਬਿਲਕੁਲ ਪੂਰਾ ਨਹੀਂ ਪੈ ਰਿਹਾ। ਇਹ ਐਵੇਂ ਕਿਸਾਨੀ ਦੀਆਂ ਅੱਖਾਂ ਪੁੰਝਣ ਵਾਲੀਆਂ ਗੱਲਾਂ, ਕਿਉਂਕਿ ਸਰਕਾਰ ਚਾਹੇ ਕੋਈ ਵੀ ਆ ਜਾਵੇ 2006 ਤੋਂ ਡਾਕਟਰ ਸਵਾਮੀਨਾਥਨ ਦੀ ਰਿਪੋਰਟ ਲਟਕਦੀ ਆਉਂਦੀ ਹੈ। 8 ਸਾਲ ਸਰਦਾਰ ਮਨਮੋਹਨ ਸਿੰਘ ਜੀ ਰਹੇ, ਉਹਨਾਂ ਨੂੰ ਮਿਲਦੇ ਰਹੇ, ਉਹਨਾਂ ਨੂੰ ਯਾਦ ਕਰਾਉਂਦੇ ਰਹੇ ਕਿ ਤੁਸੀਂ ਕਮੇਟੀ ਬਣਾਈ, ਤੁਸੀਂ ਲਾਗੂ ਕਿਉਂ ਨਹੀਂ ਕਰਦੇ, ਉਹ ਵੀ ਗੋਲ ਮੋਲ ਕਰਦੇ ਰਹੇ। ਤੇ ਹੁਣ ਮੋਦੀ ਜੀ ਨੇ ਵਾਅਦਾ ਕੀਤਾ, ਇਲੈਕਸ਼ਨ ਨੇੜੇ ਆ ਗਈ, 4 ਸਾਲ ਯਾਦ ਨਹੀਂ ਆਇਆ, ਹੁਣ ਅੱਧ ਵਿਚਾਲਾ ਜਾ ਕਰਕੇ ਕਿਸਾਨੀ ਨੂੰ ਗੁੰਮਰਾਹ ਕਰਦੇ ਆ, ਕਿਉਂਕਿ ਕਿਸਾਨੀ ਅਨਪੜ੍ਹ ਹੈ, ਕਿਸਾਨੀ ਆਰਥਿਕ ਤੌਰ 'ਤੇ ਦਬੀ ਹੋਈ ਹੈ, ਵੀ 200 ਰੁਪਏ ਨਾਲ ਹੀ ਕਿਸਾਨੀ ਨੇ ਲਗਾਤਾਰ ਅੱਧ ਵਿਚਾਲਾ ਹੋ ਰਿਹਾ। ਚਲੋ ਅਸੀਂ ਅੱਧ ਵਿਚਾਲੇ ਨਹੀਂ ਛੱਡਾਂਗੇ ਮੁੱਦਾ, ਇਹ ਬ੍ਰੇਕ ਤੋਂ ਵਾਪਸ ਆ ਰਹੇ ਹਾਂ, ਅਸੀਂ ਗੱਲ ਜ਼ਰੂਰ ਕਰਾਂਗੇ ਅੱਧ ਵਿਚਾਲਾ ਕਿਉਂ ਕਰ ਰਹੀ ਹੈ ਸਰਕਾਰ, ਕਿਉਂਕਿ ਜਦੋਂ ਸਵਾਮੀਨਾਥਨ ਕਮਿਸ਼ਨ ਰਿਪੋਰਟ ਦੀ ਗੱਲ ਹੁੰਦੀ ਹੈ ਉਦੋਂ ਸਰਕਾਰ ਪਿੱਛੇ ਕੋਈ ਹਟ ਜਾਂਦੀ ਹੈ। ਫਿਰ 2022 ਕਿਉਂ ਕਿਹਾ ਜਾਂਦਾ ਹੈ, 2022 ਇਹ ਵਾਰ ਵਾਰ ਕਿਉਂ ਕਿਹਾ ਜਾ ਰਿਹਾ, ਸਵਾਲ ਇਹ ਵੀ ਹੈਗਾ ਕਿ 2022 ਸਰਕਾਰ ਨੂੰ ਕਿਉਂ ਲੱਗਦਾ ਕਿ 2022 ਵਿੱਚ ਉਹੀ ਆ ਰਹੇ ਹੈ। ਬ੍ਰੇਕ ਤੋਂ ਵਾਪਸ ਆ ਰਹੇ ਹਾਂ। 14 ਫਸਲਾਂ ਦੀ MSP 'ਚ ਕੇਂਦਰ ਵੱਲੋਂ ਕੀਤਾ ਵਾਅਦਾ, ਕਿਸਾਨੀ ਨੂੰ ਕਿੰਨਾ ਹੁੰਗਾਰਾ ਦੇਵੇਗਾ? ਮਦਨਦੀਪ, ਕੀ ਜਵਾਬ ਦਉਂਗੇ ਇਸ ਸਵਾਲ ਦਾ? ਦੇਖੋ, ਤੁਸੀਂ ਲਾਗਤ ਮੁੱਲ ਬਾਰੇ ਗੱਲ ਕੀਤੀ ਸੀ ਜੀ, ਇੰਪੋਰਟੈਂਟ ਇਹ ਆ ਵੀ ਲਾਗਤ ਮੁੱਲ ਕਿੰਨਾ ਹੈ ਕਿਸਾਨ ਦਾ, ਇਹਨਾਂ ਨੂੰ ਵੀ ਨਹੀਂ ਪਤਾ ਹੈਗਾ, BKU ਵਾਲਿਆਂ ਨੂੰ ਇਹ ਵੀ ਗਲਤ ਦੱਸੀ ਜਾਂਦੇ ਆ। ਅਸਲ 'ਚ ਪਿਛਲੀ ਵਾਰ ਹਰਿਆਣਾ ਸਰਕਾਰ ਨੇ ਖੁਦ ਮੰਨਿਆ ਵੀ 2200 ਰੁਪਏ ਝੋਨੇ ਦਾ ਲਾਗਤ ਮੁੱਲ ਆਉਂਦਾ ਹੈ। ਹਰਿਆਣਾ ਸਰਕਾਰ ਵੱਲੋਂ ਇੱਕ RTI ਦੇ ਵਿੱਚ ਜਿਹੜਾ ਹੈਗਾ ਜਵਾਬ ਦਿੱਤਾ ਗਿਆ ਸੀ ਕਿ 2200 ਰੁਪਏ ਕੁਇੰਟਲ ਜਿਹੜਾ ਆ ਉਹ ਇਹਦੀ ਲਾਗਤ ਮੁੱਲ ਆ। ਜਿੱਥੋਂ ਤੱਕ ਸਵਾਮੀਨਾਥਨ ਰਿਪੋਰਟ ਦੀ ਗੱਲ ਹੈਗੀ ਹੈ, ਉਹਦੇ ਵਿੱਚ ਹਾਲੇ 400 ਰੁਪਏ ਪਿੱਛੇ ਖੜ੍ਹੇ ਆ, ਉਹਨੇ 600 ਰੁਪਏ ਦੀ ਜਿਹੜੀ ਲਾਗਤ ਮੁੱਲ ਤੋਂ, ਅਸਲ 'ਚ ਤਾਂ ਲਾਗਤ ਮੁੱਲ ਤੋਂ ਇਹਨਾਂ ਨੂੰ ਜਿਹੜੇ 3000 ਰੁਪਏ ਦੀ ਗੱਲ ਕਰ ਰਹੇ ਉਹ ਬਿਲਕੁਲ ਠੀਕ ਆ। ਪਰ ਸਵਾਲ ਇਸ ਗੱਲ ਦਾ ਹੈਗਾ ਵੀ ਜਦੋਂ ਕਿਸਾਨ ਯੂਨੀਅਨ ਦੇ ਲੀਡਰ ਜਿਹੜੇ ਹੈਗੇ ਆ ਉਹ ਵੀ ਹਾਲੇ ਭੁਲੇਖੇ 'ਚ ਆ, ਕਈ ਵਾਰ ਮੈਨੂੰ ਤਾਂ ਇਹ ਵੀ ਲੱਗਦਾ ਵੀ ਇਹ ਵੀ ਮਿਲੀ ਭੁਗਤ ਨਾਲ ਚੱਲ ਪੈਂਦੇ ਜਦੋਂ ਮਾਮਲਾ ਇਹ ਆਉਂਦਾ ਹੈ। ਜਿਹੜੇ ਇਹਨਾਂ ਨੇ ਇਸ ਵੇਲੇ ਕਪਾਹ ਦੇ ਜਾਂ ਝੋਨੇ ਦੇ ਰੇਟ ਦਿੱਤੇ ਆ, ਸਵਾਮੀਨਾਥਨ ਰਿਪੋਰਟ ਤੋਂ 1414 ਰੁਪਏ ਕਪਾਹ ਦਾ ਰੇਟ ਘੱਟ ਆ ਅਤੇ 400 ਰੁਪਏ ਜਿਹੜਾ ਰੇਟ ਆ ਉਹ ਝੋਨੇ ਦਾ ਉਹ ਘੱਟ ਹੈਗਾ। ਸੋ ਇਹ ਅਸਲ 'ਚ ਮਾਮਲਾ ਸਿਰਫ ਇੰਨਾ ਹੈ। ਮੈਂ ਇੱਥੇ ਇੱਕ ਹੋਰ ਗੱਲ ਕਹਿਣੀ ਚਾਹੁੰਦਾ ਹਾਂ ਵੀ ਠੀਕ ਆ ਸਮਰਥਨ ਮੁੱਲ ਜਿਹੜਾ ਹੈਗਾ ਇਹ ਮਿੱਥ ਦਿੰਦੀ ਹੈ ਸਰਕਾਰਾਂ, ਬੰਨ ਦਿੰਦੀ ਹੈ, ਪਰ ਮੰਡੀਆਂ ਦੇ ਵਿੱਚ ਜਾ ਕੇ ਇਹ ਯਕੀਨ ਬਣਦਾ ਕਿ ਮੰਡੀਆਂ ਦੇ ਵਿੱਚ ਕਿਸਾਨ ਨੂੰ ਉਹੀ ਮੁੱਲ ਮਿਲੇਗਾ। ਤੁਹਾਨੂੰ ਯਾਦ ਹੋਣਾ ਪਿਛਲੀ ਵਾਰ ਹਰਿਆਣਾ ਸਰਕਾਰ ਨੇ ਬਾਹਰਲੇ ਪ੍ਰਾਂਤਾਂ ਦਾ ਝੋਨਾ ਹਰਿਆਣਾ ਸਰਕਾਰ ਵਿੱਚ ਕਿਉਂ ਹਰਿਆਣੇ ਦੇ ਵਿੱਚ ਕਿਉਂ ਵਿਕਣ 'ਤੇ ਪਾਬੰਦੀ ਲਾਈ, ਉਹਦਾ ਕਾਰਨ ਇਹ ਸੀ ਵੀ ਪਿਛਲੀ ਵਾਰ ਜਿਹੜਾ ਸਮਰਥਨ ਮੁੱਲ ਪਾ ਕੇ ਜਿਹੜਾ ਕੁੱਲ ਮੁੱਲ ਹੈਗਾ ਕੋਈ 1150 ਰੁਪਏ ਸੀਗਾ ਉਹ ਨਹੀਂ ਦਿੱਤਾ ਗਿਆ ਇਹਨਾਂ ਨੂੰ ਕਿਸਾਨਾਂ ਨੂੰ, ਜਿੰਨਾ ਮਤਲਬ ਇਹ ਟੋਟਲ ਜਿਹੜਾ ਮਿਥਿਆ ਹੋਇਆ ਸਰਕਾਰ ਦਾ ਬੰਨਿਆ ਹੋਇਆ ਰੇਟ ਸੀ ਉਹ ਕਿਸਾਨਾਂ ਨੂੰ ਨਹੀਂ ਮਿਲਿਆ। ਔਰ ਬਾਹਰਲੇ ਪ੍ਰਾਂਤਾਂ ਦੇ ਵਿੱਚੋਂ ਹਰਿਆਣੇ ਵਿੱਚ ਆ ਕੇ, ਯਾਨੀ ਬਾਹਰਲੇ ਪ੍ਰਾਂਤਾਂ ਤੋਂ ਸਸਤਾ ਝੋਨਾ ਖਰੀਦ ਕੇ ਵਪਾਰੀਆਂ ਨੇ ਅਤੇ ਹਰਿਆਣੇ ਵਿੱਚ ਜਿਹੜਾ ਹੈਗਾ ਉਹ 500 ਰੁਪਏ ਕੁਇੰਟਲ ਵੱਧ ਮੁੱਲ 'ਤੇ ਵੇਚਿਆ ਆ ਹਰਿਆਣੇ 'ਚ। ਔਰ ਹਰਿਆਣਾ ਸਰਕਾਰ ਨੇ ਇਹਨੂੰ ਵੇਖਦੇ ਵੀ ਸਾਡੀ ਬਦਨਾਮੀ ਕੇਂਦਰ ਦੀ ਹੁੰਦੀ ਹੈ, ਹਰਿਆਣਾ ਸਰਕਾਰ ਨੇ ਬੈਨ ਕਰ ਦਿੱਤਾ ਕਿ ਬਾਹਰਲੇ ਪ੍ਰਾਂਤਾਂ ਤੋਂ ਲਿਆ ਕੇ ਝੋਨਾ ਹਰਿਆਣੇ 'ਚ ਨਹੀਂ ਵੇਚ ਸਕਦੇ, ਕਿਉਂਕਿ ਹਰਿਆਣੇ ਦੇ ਵਿੱਚ ਉਦੋਂ 1650 ਰੁਪਏ ਰੇਟ ਸੀ, ਠੀਕ ਹੈ ਨਾ। ਸੋ ਇਸ ਕਰਕੇ ਇਹ ਬਹੁਤ ਗੜਬੜੀਆਂ ਆ। ਸਭ ਤੋਂ ਪਹਿਲਾ ਸਵਾਲ ਤਾਂ ਇਹ ਆ ਕਿ ਮੰਡੀਆਂ ਦਾ ਪ੍ਰਬੰਧ ਜਿਹੜਾ ਹੈਗਾ ਉਹ ਸਰਕਾਰ ਨੇ ਮੁਕੰਮਲ ਕੀਤਾ ਆ? ਸਰਕਾਰ ਨੇ ਇਹ ਯਕੀਨ ਦਵਾਇਆ ਕਿ ਸਾਰਾ ਝੋਨਾ ਜਿਹੜਾ ਸਰਕਾਰ ਖਰੀਦੇਗੀ? ਜਦੋਂ ਤੱਕ ਸਾਰਾ ਝੋਨਾ ਸਰਕਾਰ ਨਹੀਂ ਖਰੀਦਦੀ ਉਦੋਂ ਤੱਕ ਭਾਵੇਂ ਇਹ MSP ਜਿਹੜੀ ਹੈਗੀ ਆ 200 ਦੀ ਜਗ੍ਹਾ 'ਤੇ 600 ਕਰ ਦੇਣ, ਪਰ ਕਿਸਾਨਾਂ ਨੂੰ ਮੁੱਲ ਨਹੀਂ ਮਿਲਣਾ। ਰਾਜਨਾਥ ਸਿੰਘ ਨੂੰ ਇਹ ਸਵਾਲ ਕੀਤਾ ਗਿਆ ਸੀ ਉੱਥੇ, ਉਹ ਕਹਿੰਦੇ ਵੀ ਅਸੀਂ ਤਾਂ ਸਾਰਾ ਕੁਝ ਏਜੰਸੀਆਂ ਸ਼ੁਰੂ ਕਰਦੇ ਹਾਂ। ਨਹੀਂ, ਮੈਂ ਸੁਣ ਕੇ ਆਇਆ ਏਜੰਸੀਆਂ ਦੇ, ਦੇਖੋ ਸਟੇਟ ਏਜੰਸੀਆਂ ਦੇ ਕੇਂਦਰ ਏਜੰਸੀਆਂ ਦੀ ਹਿੱਸੇਦਾਰੀ ਹੈਗੀ ਹੈ, ਪਰ ਉਹ ਸਾਰਾ ਝੋਨਾ ਨਹੀਂ ਖਰੀਦਦੀਆਂ, ਐਕਾ ਪੰਜਾਬ ਦੇ ਵਿੱਚ ਹੀ ਮੁੱਕਰ ਗਈਆਂ ਸੀ। ਜਸਤੇਜ ਸਿੰਘ, ਮੈਂ ਆ ਰਿਹਾ ਭਾਰਤੀ ਜਨਤਾ ਪਾਰਟੀ ਕੋਲ। ਜਸਤੇਜ ਸਿੰਘ, ਆਮ ਆਦਮੀ ਪਾਰਟੀ ਦਾ ਕੀ ਪ੍ਰਤੀਕਰਮ ਹੁੰਦਾ? ਦੇਖੋ, ਇਸ ਵੇਲੇ ਜੋ ਇਹਨਾਂ ਨੇ ਕੀਤਾ ਠੀਕ ਹੈ, ਥੋੜ੍ਹਾ ਜਿਹਾ ਉਹੀ ਗੱਲ ਹੈ ਕਿ ਦੇਰ ਆਏ ਦਰੁਸਤ ਆਏ, ਬਟ ਹੈ ਤਾਂ ਮੌਕਾ ਪ੍ਰਸਤੀ ਦੀ ਸਿਆਸਤ ਨਾ,
जे चार साल इन्होंने 50 रुपए तो 80 रुपए तक वधाया, ठीक है सर। हुण आखिरी साल हैगा 2019 दे इलेक्शन है, एंड मैं इनफैक्ट पहली बार नहीं, मैं पहला भी कह चुका जो सारे डाउट जहाँ क्रिएट करते थे, हाँ जी ये वधाउणगे वधाउणगे, मैं कहता सी आखिरी साल है वधाउणगे, लोगों को डाउट हुंदा सी कि नहीं वधाउणगे। बट जिहड़ा ये कह रहे 1100 रुपए लग अपना इन्हों का जो इनपुट कॉस्ट है 1100 गलत है, 1166 रुपए। हाँ दो टाइप नाल है कैलकुलेट हुंदी है MSP, एक है A2 एक है C2। A2 इज द एक्चुअल कॉस्ट, एक्चुअल कॉस्ट दे विच दो तीन फैक्टर्स होर पैंदे जिवें लैंड रेवेन्यू ते उहदा किराया ते लेबर दा भी पैंदा, फैमिली लेबर दा भी पैंदा, ये सारा मिला के फिर C2 बनता कॉम्प्रीहेंसिव कॉस्ट। ते मेरे ख्याल तो मदन जी शायद C2 दी जिहड़ी दस रहे 2200 रुपए, सो उस पक्षों तो फिर मतलब हजे भी देखिया जाए तो किसान नहीं है तो लॉस दे विच ही ना। पर मैं ये कह रहा कि तुहानूं इउं लगदा कुछ कदम तुरी है मोदी सरकार? नहीं कुछ नहीं तुरी, कुछ नहीं तुरी, नहीं उत्थे खड़ी है। देखो ना, देखो हिस्ट्री की शो करती है, कांग्रेस ने की किया सी अपने टाइम पे, कुछ नहीं वधाया। आखिरी जो साल सीगा उदों 170 रुपए इन्होंने भी वधाया सीगा MSP, उस तो बाद जो नवी सरकार आ गई उन्होंने 50-80 रुपए इदां वधाया, हुण इन्होंने आखिरी साल च वधाता। ਹੁਣ ਜਦੋਂ ਜੇ ਬਾਈ ਚਾਂਸ ਇਹ ਦੁਬਾਰਾ ਆ ਜਾਂਦੇ ਆ, ਜਾਂ ਤਾਂ ਹੋਵੇ ਨਾ ਕਿ ਪਾਲਿਸੀ ਦੇ ਵਿੱਚ ਇਹ ਇੱਕ ਲਾਜ਼ ਬਾਨ ਪ੍ਰੋਪਰਲੀ। ਤੁਹਾਨੂੰ ਲੱਗਦਾ ਪਿਆ ਹੁਣ ਦੁਬਾਰਾ ਆਉਣਗੇ? ਦੇਖੋ ਇਹਨਾਂ ਦੀ ਜਿਹੜੀ ਸਾਰੀ ਦੀ ਸਾਰੀ ਰਾਜਨੀਤੀ ਆ ਉਹ ਹਿੰਦੂ ਮੁਸਲਿਮ ਦੇ ਉੱਪਰ ਹੈ, ਠੀਕ ਹੈ, ਵਿਕਾਸ ਦੇ ਉੱਪਰ ਤਾਂ ਹੈ ਨੀ ਗੀ। ਜੇ ਵਿਕਾਸ ਦੇ ਹੁਣ ਤੁਸੀਂ ਦੇਖੋ ਨੈਸ਼ਨਲ ਮੀਡੀਆ ਤੇ ਡਿਬੇਟਸ ਕੀ ਚੱਲਦੀਆਂ ਕਿ ਮੋਦੀ ਜੀ ਕੋ ਘੇਰਾ ਹੋਇਆ, ਮੋਦੀ ਜੀ ਕੋ ਘੇਰਾ ਹੋਇਆ, ਕਿ ਵੀ ਮੋਦੀ ਜੀ ਨੇ ਕੀਤਾ ਕੀ ਹੈ, ਬਈ ਕਿਉਂ ਨਾ ਘੇਰੀਏ, ਠੀਕ ਹੈ ਨਾ। ਮੈਂ ਆ ਰਿਹਾ, ਸੋ ਇਹ ਡਿਬੇਟ ਨਹੀਂ ਹੋਣੀ ਚਾਹੀਦੀ, ਇਹ ਜਿਹੜੇ ਮੁੱਦੇ ਹੋਣੇ ਚਾਹੀਦੀ ਹੈ ਉਹ ਡਿਬੇਟ ਹੋਣੀ ਚਾਹੀਦੀ ਕਿ ਨਹੀਂ ਹੋਣੀ ਚਾਹੀਦੀ? ਕਿਸ ਗੱਲ ਤੋਂ ਤੁਸੀਂ ਕਰਨੀ ਹੈ ਡਿਬੇਟਾਂ ਦੇ ਵਾਅਦਿਆਂ ਤੇ ਕਰੋ, ਇਹਨਾਂ ਦੇ ਆਰਟੀਕਲ 370 ਤੇ ਕਰੋ, ਇਹ ਠੀਕ ਹੈ ਸਨਵਾਰੀਆ ਸਾਹਿਬ, ਸਨਵਾਰੀਆ ਨਾਥਨ ਰਿਪੋਰਟ ਤੇ ਕਰੋ ਸਨਵਾਰੀਆ ਸਾਹਿਬ, ਸਨਵਾਰੀਆ ਨਾਥਨ ਰਿਪੋਰਟ ਤੋਂ ਤੁਹਾਨੂੰ ਡਰ ਕਿਉਂ ਲੱਗਦਾ KP ਜੀ? ਇਹਦੋਂ ਪਹਿਲੇ ਕਿ ਮੈਂ ਸਵਾਮੀ ਰਤਨ ਜੀ ਦੀ ਰਿਪੋਰਟ ਦੀ ਗੱਲ ਕਰਾਂ, ਮੈਂ ਹੁਣ ਸਾਰੇ ਪੈਨਲ ਨੂੰ ਬੜੇ ਧਿਆਨ ਨਾਲ ਸੁਣ ਰਿਹਾ ਸੀ, ਔਰ ਮੈਂ ਇਹਨਾਂ ਦਾ ਸ਼ੁਕਰਗੁਜ਼ਾਰ ਹਾਂ ਕਿ ਇਹ ਸਾਡੀ ਸਰਕਾਰ ਉਹਦਾ ਜਿਹਦਾ ਲੀਡਰ ਨਰਿੰਦਰ ਭਾਈ ਮੋਦੀ ਹੈ ਉਹਨੂੰ ਬਹੁਤ ਹਾਈ ਪੈਡਸਲ 'ਤੇ ਬੜੀ ਉਮੀਦਾਂ ਰੱਖ ਕਰਕੇ ਇੱਥੇ ਬੈਠੇ ਹੋਏ ਨੇ ਮੇਰੇ ਸਾਥ। ਅਬ ਦੇਖੇ ਬੀਚ ਮੇ ਮਤ ਬੋਲੀਏ ਨੋ, ਬੀਚ ਦੇਖੇ ਅਮਨਦੀਪ ਜੀ, ਅਮਨਦੀਪ ਜੀ ਆਵਾਜ਼ ਕੀ ਪਿਕ ਕੋਈ ਅਮਨਦੀਪ ਕੋਲ ਸੁਣ ਲਿਓ, ਸੁਣੋ ਆ ਵੀ ਤੁਸੀਂ ਸਾਰੇ ਪੈਨਲ ਤੇ ਆਇਆ ਪਰ ਮੈਨੂੰ ਮਤ ਆਪਣੀ ਕੋਈ ਨਹੀਂ ਮਿਲਦੀ, ਤੁਸੀਂ ਇੱਕ ਮਿੰਟ ਸਮਾਰੀ ਸਾਹਿਬ ਤੁਸੀਂ ਇਦਾਂ ਨਾ ਕੋ ਸਾਰੇ ਪੈਨਲ ਨੂੰ ਬਹੁਤ ਉਮੀਦਾਂ ਹੈਗੀਆਂ, ਮੈਨੂੰ ਵੀ ਨਹੀਂ ਹੈ, ਕਰ ਲਿਓ ਨਾ ਮੇਰੇ ਨਾਲ ਨੰਬਰ, ਸਾਨੂੰ ਕੋਈ ਉਮੀਦ ਨਹੀਂ, ਮੈਨੂੰ ਤਾਂ ਨੰਬਰ ਆਊਗਾ ਤਾਂ ਬੋਲ ਲਈ, ਤੁਸੀਂ ਦੇਸ਼ ਦੀ ਜਨਤਾ ਨੂੰ ਉਮੀਦ ਜਗਾਓ। ਮੈਂ ਹੁਣੇ ਮੈਂ ਆਪਣੇ ਕਾਂਗਰਸੀ ਸਾਥੀ ਨੂੰ ਸੁਣ ਰਿਹਾ ਸੀ ਲੋਕਾਂ ਨਾਲ ਗੱਲ, ਔਰ ਉਹਨਾਂ ਨੂੰ ਹੁਣ ਇਹ ਵੀ ਹਜ਼ਮ ਨਹੀਂ ਹੋ ਰਿਹਾ ਕਿ ਹੁਣ MSP ਵੱਧਦੀ ਕਿੱਥੇ, ਕਿਸਾਨ ਦੇ ਹਿੱਤਕਾਰੀ ਨੇ 10 ਸਾਲ ਵਿੱਚ ਇਹ ਪਹਿਲੀ ਵਾਰ ਇਤਿਹਾਸਿਕ ਫੈਸਲਾ ਸਾਡੀ ਸਰਕਾਰ ਨੇ ਨਰਿੰਦਰ ਭਾਈ ਦੀ ਮੋਦੀ, ਮੈਂ ਕਹਿੰਦਾ ਕਿਸਾਨ ਦੀ ਜਿਹੜੀ ਹਾਲਾਤ ਹੈ ਉਹ ਕੰਟਰੀ ਵਿੱਚ ਸਾਰੀ ਕੰਟਰੀ ਵਿੱਚ ਬਹੁਤ ਬੁਰੇ ਹਾਲ ਆ ਉਹਦੇ, MSP ਉਹਦਾ ਇੱਕ ਇਸ਼ੂ ਹੈ, ਇੱਕ ਫਰੈਕਸ਼ਨ ਆਫ ਦਿਸ ਥਿੰਗ, ਕਿਸਾਨ ਦੀ ਹਾਲਤ ਸੁਧਾਰਨ ਵਾਸਤੇ ਮਲਟੀ ਪ੍ਰੋਂਗਡ ਸਟ੍ਰੈਟਜੀ ਲੈਣੀ ਪਵੇਗੀ, ਹੋਲਿਸਟਿਕ ਅਪਰੋਚ ਲੈਣੀ ਪੈਣਗੀ, ਜੋ ਸਾਡੀ ਸਰਕਾਰ ਹੀ ਉਹਦੇ ਬਾਰੇ ਮੈਂ ਸੋਚ ਕਿਤੇ ਰਾਜਸਥਾਨ ਮੱਧ ਪ੍ਰਦੇਸ਼ ਛੱਤੀਸਗੜ੍ਹ ਦੀਆਂ ਚੋਣਾਂ ਤੋਂ ਤੁਸੀਂ ਡਰ ਗਏ? ਨਾ ਡਰਨ ਦੀ ਤਾਂ ਕੋਈ ਗੱਲ, ਕਿਸਾਨਾਂ ਤੋਂ ਡਰੇ ਹੋ ਕਿਉਂ? ਡਰ ਸਰਕਾਰ ਨਾ ਵਿਰੋਧੀਆਂ ਤੋਂ ਡਰੇ ਹੋ? ਨਾ ਨਾ ਕਦੇ ਵਾਸਤੇ ਡਰਨ ਦੀ, ਇਹ ਤਾਂ ਸਾਡਾ ਪ੍ਰੋਮਿਸ ਸੀ ਕਿ ਅਸੀਂ ਕਿਸਾਨ ਨੂੰ ਜਿਉਂ ਜਿਉਂ ਸਾਡੇ ਕੋਲ ਅੱਜ 12 ਕਰੋੜ 15 ਹਜ਼ਾਰ ਕਰੋੜ ਦਾ ਐਕਸਪੈਂਡੀਚਰ ਸਰਕਾਰ ਨੂੰ ਇੱਥੇ ਪਊਗਾ, ਬਟ ਇਹ ਬੜਾ ਮੁਸ਼ਕਲ ਹੈ, ਮੈਂ ਮੰਨਦਾ ਸਟੈਪ ਬਹੁਤ ਬੜਾ ਹੈ, ਇਹ ਕੰਟਰੀ ਕੋਈ ਛੋਟੀ ਮੋਟੀ ਕੰਟਰੀ ਨਹੀਂ ਹੈ, ਬਹੁਤ ਬੜੇ ਹੁਣ ਲਾਰਜੈਸਟ ਕੰਜ਼ੂਮਰ ਕੰਟਰੀ ਵਿੱਚ ਕਿਸਾਨ ਨੇ, ਮੈਂ ਵੀ ਕਿਸਾਨ ਫੈਮਿਲੀ ਤੋਂ ਆਉਂਦਾ, ਲੇਕਿਨ ਜਿਹੜਾ ਹਾਲਾਤ ਮਾਰਜਨਲ ਫਾਰਮਰ ਦਾ, ਬੜੇ ਫਾਰਮਰ ਨੂੰ ਭੁੱਲ ਜਾਈਏ, ਜਿਹੜੇ ਦੋ ਕਿੱਲੇ 5 ਕਿੱਲੇ ਫਾਰਮਰ ਹੈ ਉਹਨਾਂ ਦੇ, ਅਭੀ ਮਨਦੀਪ ਜੀ ਨੇ ਦੱਸਿਆ ਕਿ ਜੀ ਜਿਹੜਾ ਝੋਨਾ ਹੈ ਜਾਂ ਕੋਈ ਵੀ ਕੋਈ ਫਸਲ ਲੈ ਲਿਓ ਉਹ ਕਿਆ ਸਾਰੀ ਕਿ ਸਾਰੀ ਵਿਕ ਜਾਂਦੀ ਹੈ? ਨਾ, ਉੱਥੇ ਪ੍ਰੋਬਲਮ ਆਉਂਦੀ ਨੇ, ਦੋਨੋਂ ਸਰਕਾਰ ਚਾਹੇ ਉਹ ਸਟੇਟ ਸਰਕਾਰ ਹੋਊ ਚਾਹੇ ਉਹ ਸੈਂਟਰ ਸਰਕਾਰ ਹੋਊ, ਉੱਥੇ ਕੁਤਾਈ ਰਹਿ ਜਾਂਦੀ ਹੈ, ਭੰਡਾਰਨ ਵਿੱਚ ਕੁਤਾਈ ਰਹਿ ਜਾਂਦੀ ਹੈ, ਉਹ ਸਾਰੇ ਸਟੈਪ ਜਦੋਂ ਹੋਲਿਸਟਿਕ ਜਦੋਂ ਨਹੀਂ ਲਿਆਉਂਗੇ ਕਿਸਾਨ ਦੀ ਹਾਲਤ ਨਹੀਂ, ਔਰ ਮੇਰੀ ਸਰਕਾਰ ਹੀ ਉਹ ਕਰ ਸਕਦੀ। ਡਾਕਟਰ ਅਮਰ ਸਿੰਘ ਜੀ, ਕਿਹੜੇ ਫਾਰਮੂਲੇ ਤਹਿਤ ਇਹ MSP ਵਧਾ ਰਹੇ? ਦੇਖੋ ਇਸ ਤਰ੍ਹਾਂ ਹੈਗਾ, ਗੱਲ ਸੀਡੂ ਦੀ ਵੀ ਹੋਈ ਹੈ, A2 ਦੀ ਵੀ ਹੋਈ ਹੈ, A2 ਹਾਂ, A2 ਹੁੰਦਾ ਹੈਗਾ ਕਿ ਐਕਚੁਅਲ ਕਾਸਟ ਆਫ ਇਨਪੁਟਸ ਪਲੱਸ ਇੰਪੂਟਡ ਕਾਸਟ ਆਫ ਲੇਬਰ, ਇਹ ਦੋ ਫਾਰਮੂਲੇ ਦੇਖਦੇ ਆ ਵੀ ਕਿੰਨਾ ਕੁ ਹੋਇਆ, ਠੀਕ ਹੈ ਜੀ। ਅਨਫੋਰਚੁਨੇਟਲੀ ਕੀ ਹੁੰਦਾ ਕਿ ਉਹ ਇੱਕ ਐਵਰੇਜ ਸਾਰਿਆਂ ਦਾ, ਸਾਰੇ ਕੰਟਰੀ ਦਾ ਐਵਰੇਜ ਲੈ ਕੇ ਉਹਨੂੰ ਕੱਢ ਦਿੰਦੇ ਹੈਗੇ ਆ। ਐਕਚੁਅਲੀ ਕਿਸਾਨ ਜਥੇਬੰਦੀਆਂ, ਸਟੇਟ ਗੌਰਮੈਂਟ, ਪੰਜਾਬ ਸਰਕਾਰ, ਹੁਣ ਦੀ ਵੀ ਪਿਛਲੀਆਂ ਹਰ ਸਰਕਾਰ ਹਮੇਸ਼ਾ ਲਿਖਦੀਆਂ ਰਹੀਆਂ ਨੇ
ਸਪੈਸ਼ਲੀ ਨਾਰਥ ਇੰਡੀਆ ਦੀਆਂ ਕਿ ਸਾਈ ਭਾਈ ਇਹਨੂੰ ਕੰਪਰੀਹੈਂਸਿਵ ਕੋਸਟ ਕਰੋ। ਕੰਪਰੀਹੈਂਸਿਵ ਕੋਸਟ 'ਚ ਕੀ ਹੁੰਦਾ, ਇੱਕ ਤਾਂ ਸਭ ਤੋਂ ਵੱਡੀ ਗੱਲ ਜਿਹੜੀ ਹੈਗੀ, ਜਿਵੇਂ ਹੁਣ ਪੰਜਾਬ ਦੇ ਐਗਜ਼ਾਮਪਲ ਆਪਾਂ ਲੈ ਲਈਏ, ਇੱਥੇ ਜਿਹੜੀ ਜ਼ਮੀਨ ਦਾ, ਜਿਹੜੀ ਜ਼ਮੀਨ ਦਾ ਤੁਸੀਂ ਰੈਂਟ ਹੈਗਾ, ਉਹ ਜਿਹੜੀ ਬੰਜਰ 60-70% ਜ਼ਮੀਨ ਤਾਂ ਰੇਨਫੈਡ ਹੈ ਕੰਟਰੀ ਦੀ, ਉਹਦਾ ਐਵਰੇਜ ਜੇ ਕੱਢ ਕੇ ਲੈ ਲੈਂਦੇ, ਪੰਜਾਬ ਦਾ ਤਾਂ ਰੈਂਟ ਹੀ ਬਹੁਤ ਜ਼ਿਆਦਾ ਹੈਗਾ। ਹੁਣ ਜਿਹੜੇ ਇੱਥੇ ਤੁਹਾਨੂੰ ਪਤਾ ਲੀਜ਼ 'ਤੇ ਲੈਂਦੇ ਉਹਨਾਂ ਨੂੰ 40-50,000 ਰੁਪਇਆ ਕਿੱਲਾ ਦੇਣਾ ਪੈਂਦਾ ਹੈਗਾ, ਅਤੇ ਉਸ ਕਰਕੇ ਹੁੰਦਾ ਕੀ ਹੈਗਾ ਕਿ ਐਕਚੁਅਲ ਕੋਸਟ ਜਿਹੜਾ ਏ ਟੂ ਫਾਰਮੂਲਾ ਹੈਗਾ, ਜਿਵੇਂ ਹੁਣ ਐਵਰੇਜ ਇਸ ਸਾਲ ਅਗਰ ਮੈਨੂੰ ਅਗਰ ਤੁਸੀਂ ਪੁੱਛੋ, ਮੇਰਾ ਖਿਆਲ 400-500 ਰੁਪਇਆ ਹੋਰ MSP ਹੋਣਾ ਚਾਹੀਦਾ ਸੀ ਇਸ ਵੇਲੇ ਮਿਨੀਮਮ, ਜਿਹੜੀ ਤੁਸੀਂ ਗੱਲ ਕਹੀ 400-500 ਰੁਪਇਆ ਹੋਰ ਹੋਣਾ ਚਾਹੀਦਾ। ਠੀਕ ਹੈ। ਦੂਸਰਾ ਮੇਰਾ ਕਹਿਣਾ ਸੀ, ਐਕਚੁਅਲੀ ਬਾਰ ਬਾਰ ਕਹੀ ਜਾਂਦੇ ਆ ਇਤਿਹਾਸਿਕ ਫੈਸਲਾ ਹੈਗਾ, ਮੇਰੇ ਕੋਲ ਤਾਂ ਕਾਗਜ਼ ਹੈਗੇ ਆ, 7-8 'ਚ UPA ਨੇ 230 ਰੁਪਏ ਇੱਕ ਸਾਲ 'ਚ ਵਧਾਇਆ ਸੀ ਭਾਈ, ਤੁਸੀਂ ਤਾਂ ਅਜੇ ਉੱਥੇ UPA ਦੇ ਬਰਾਬਰ। 7-8 'ਚ 620 ਤੋਂ 850 ਕੀਤਾ ਗਿਆ ਸੀ, ਤੁਸੀਂ ਦੇਖੋ। ਕਿਸ ਚੀਜ਼ ਦਾ? ਮੇਰੇ ਕੋਲ ਗੌਰਮੈਂਟ ਦੀਆਂ ਫਿਗਰਸ ਨੇ, 620-850 ਐ ਕਰੋ ਤੁਸੀਂ, ਇੱਥੇ ਬੈਟ ਰੱਖ ਲਓ। ਜਿੱਥੋਂ ਮਰਜ਼ੀ ਹੋਇਆ ਕਦੇ ਨੀ ਡਾਕਟਰ ਅਮਰ ਸਿੰਘ, 230 ਰੁਪਏ ਨਾ ਹੋਇਆ ਹੋਵੇ ਫੇਰ ਸਵਾਲ ਬਹੁਤ ਸਾਰੇ ਹੈਗੇ ਆ। ਮੋਦੀ ਸਰਕਾਰ ਨੇ ਕੀ MSP ਕਾਰਡ ਖੇਡ ਕੇ ਸਾਰੀਆਂ ਮੁਸ਼ਕਲਾਂ ਦਾ ਹੱਲ ਕਰ ਦਿੱਤਾ ਹੈਗਾ? ਕਿਹੜੇ ਕਿਸਾਨਾਂ ਦੀਆਂ ਮੁਸ਼ਕਲਾਂ ਹੱਲ ਹੋ ਜਾਣਗੀਆਂ, ਕਿਹੜੇ ਕਿਸਾਨ ਖੁਸ਼ ਹੋ ਜਾਣਗੇ, ਕਿਹੜਾ ਵੋਟ ਬੈਂਕ ਜਿਹੜਾ ਮਜ਼ਬੂਤ ਹੋ ਜਾਵੇਗਾ? ਸਵਾਲ ਬਹੁਤ ਸਾਰੇ ਹੈਗੇ, ਕਿਉਂਕਿ ਪੰਜਾਬ ਦੀ ਇਹ ਗੱਲ ਕਰੀਏ, ਡਾਕਟਰ ਅਮਰ ਸਿੰਘ ਹਰੇ ਗੱਲ ਕਹਿੰਦੇ ਆ ਕਿ ਪੰਜਾਬ ਦੇ ਵਿੱਚ ਜ਼ਮੀਨਾਂ ਦੇ ਰੇਟ ਹੋਰ ਹਿਸਾਬ ਦੇ ਆ, ਠੇਕੇ ਹੋਰ ਹਿਸਾਬ ਦੇ ਆ, ਉਸ ਮੁਤਾਬਕ ਸਾਰਾ ਕੁਝ ਤੈਅ ਕਰਨਾ ਚਾਹੀਦਾ। MSP ਉਸ ਮੁਤਾਬਕ ਬੜੀ ਘੱਟ ਹੈ, ਅਤੇ ਕਿਸਾਨੀ ਨੂੰ MSP ਦੇ ਦਾਇਰੇ ਵਿੱਚ ਸੀਮਤ ਕਰਕੇ ਨਹੀਂ ਰੱਖਣਾ ਚਾਹੀਦਾ। ਕਿਸਾਨੀ ਆਮਦਨ ਆ ਜਿਹੜਾ ਉਹ ਟੀਚਾ ਹੋਣਾ ਚਾਹੀਦਾ ਸਰਕਾਰਾਂ ਦਾ। ਸਾਰੀਆਂ ਸਰਕਾਰਾਂ ਕਿਉਂ ਕਰਦੀਆਂ ਨੇ, ਕਿੰਨਾ ਕਰਦੀਆਂ ਨੇ, ਸਵਾਲ ਇਹ ਹੈਗੇ ਆ ਕਿ ਡਾਕਟਰ ਅਮਰ ਸਿੰਘ ਹਰਾਂ ਵਾਲੇ ਜਿਹੜੀ ਇਹਨਾਂ ਦੀ ਸਰਕਾਰ ਰਹੀ ਹੈ ਕਾਂਗਰਸ ਦੀ, ਕੀ ਉਹਨਾਂ ਨੇ ਕੀਤਾ ਸੀ? ਸਵਾਲ ਬਹੁਤ ਸਾਰੇ ਹੈਗੇ, ਬ੍ਰੇਕ ਤੋਂ ਬਾਅਦ ਵਾਪਸ ਆ ਰਹੇ ਹਾਂ, ਕਿਉਂਕਿ ਵਿਰੋਧ ਵਿੱਚ ਬਹਿ ਕੇ ਸਵਾਲ ਬਹੁਤ ਪੁੱਛੇ ਜਾ ਸਕਦੇ ਹਨ। ਭਾਰਤ ਸਰਕਾਰ ਨੇ ਅੱਜ ਝੋਨੇ ਦੀ ਮਿਨੀਮਮ ਸਪੋਰਟ ਪ੍ਰਾਈਸ ਵਿੱਚ 200 ਰੁਪਏ ਕੁਇੰਟਲ ਦਾ ਵਾਧਾ ਕੀਤਾ। ਇਹ ਦੇਖਣ ਨੂੰ ਲੱਗਦਾ ਵੀ 200 ਰੁਪਏ ਕੁਇੰਟਲ ਬਹੁਤ ਵੱਡਾ ਵਾਧਾ ਹੈ, ਪਰ ਜੇ ਇਹਦਾ ਲਿਖਾ ਜੋਖਾ ਕੀਤਾ ਜਾਏ ਇਹਦੇ ਨਾਲ ਕਿਸਾਨਾਂ ਦੇ ਪੱਲੇ ਕੁਝ ਨਹੀਂ ਪੈਣਾ, ਕਿਉਂਕਿ ਇਹ ਜਿਹੜਾ ਭਾਅ ਮਿਥਿਆ ਗਿਆ ਹੈ ਇਹ ਪਿਛਲੇ ਸਾਲ ਦੀ ਜਿਹੜੇ ਖਰਚੇ ਨੇ ਉਹਦੇ ਉੱਤੇ ਆਧਾਰਿਤ ਹੈ। ਇਸ ਸਾਲ ਤਾਂ ਹਾਲੇ ਹੁਣ ਝੋਨਾ ਲੱਗਣਾ ਸ਼ੁਰੂ ਹੋਇਆ, ਅਕਤੂਬਰ ਤੱਕ ਖਰਚਾ ਹੋ ਹੀ ਜਾਣਾ, ਉਹ ਐਡਵਾਂਸ ਸਰਕਾਰ ਉਹਦੇ 'ਤੇ ਕਿਸ ਤਰ੍ਹਾਂ ਉਹਦਾ ਲੇਖਾ ਜੋਖਾ ਕਰੇਗੀ? ਪਰ ਫਿਰ ਇਹ ਤਾਂ ਕੋਈ ਜਾਇਜ਼ ਨਹੀਂ ਜੀ, ਇਹ ਤਾਂ ਸਾਡੇ 'ਤੇ ਜੋ ਸਾਡੇ 'ਤੇ ਖਰਚਾ ਪੈ ਰਿਹਾ, ਡੀਜ਼ਲ ਦਾ ਜਾਂ ਦਵਾਈਆਂ ਦਾ, ਕਿੰਨੀ ਵਾਰ ਦਵਾਈਆਂ ਖਾਦ, ਇਹਦੇ ਖਰਚੇ ਸਾਡੇ ਤੋਂ ਵੱਧ ਪੈ ਰਹੇ, ਇਹ ਤਾਂ ਸਾਨੂੰ ਕੋਈ ਖਾਸ ਰੇਟ ਨਹੀਂ ਮਿਲਿਆ ਜੀ, ਇਹ ਤਾਂ ਸਾਡੇ ਨਾਲ ਮਜ਼ਾਕ ਕੀਤਾ ਜਾ ਰਿਹਾ। ਤੇਲ ਤਾਂ ਰੋਜ਼ ਹੀ ਵੱਧ ਰਿਹਾ, ਰੋਜ਼ ਵੱਧਦਾ ਤਾਂ ਕਿੱਥੇ ਲੈ ਕੇ ਵਧਾਉਂਦਾ, ਫਿਰ ਦੋ ਰੁਪਈਆ ਇਹ ਤਾਂ ਉੱਠੀ ਖੜਾ, ਕਿੰਨਾ ਚਿਰ ਦਾ ਇਹਦੇ, ਬਹੁਤ ਚਿਰ 'ਚ ਵੱਧਦਾ ਤਾਂ 6 ਮਹੀਨੇ ਸਾਲ ਬਾਅਦ ਇੰਨਾ ਵਧਾਉਂਦੇ ਨੇ। ਕਿੰਨਾ ਰੇਟ ਹੋਣਾ ਚਾਹੀਦਾ ਤੁਸੀਂ ਫਿਰ ਦੱਸੋ? ਦੀਦੀ ਦਾ 2200-2400 ਰੁਪਈਆ ਚਾਹੀਦਾ ਤਾਂ ਪੂਰਾ ਹੁੰਦਾ ਖਰਚਾ। ਸਵਾਲ ਬਹੁਤ ਮਹੱਤਵਪੂਰਨ ਹੈ, 14 ਫਸਲਾਂ ਦੀ MSP 'ਚ ਕੇਂਦਰ ਵੱਲੋਂ ਕੀਤਾ ਵਾਅਦਾ ਕਿਸਾਨੀ ਨੂੰ ਕਿੰਨਾ ਹੁੰਗਾਰਾ ਦੇਵੇਗਾ? 2200-2400 ਇਹ ਸਵਾਲ 'ਤੇ ਅਸੀਂ ਬਹਿਸ ਕਰ ਰਹੇ ਹਾਂ। ਮਦਨਦੀਪ ਜੀ, ਹਾਂਜੀ, ਮੇਰਾ ਸਵਾਲ ਇਹ ਹੈ ਕਿ ਕਪਾਹ, ਜਿਹੜੀ ਕਪਾਹ ਦੀ MSP 'ਚ ਵਾਅਦਾ ਕੀਤਾ ਗਿਆ ਉਹ ਗੁਜਰਾਤ ਨੂੰ ਫੋਕਸ ਰੱਖ ਕੇ ਕੀਤਾ ਗਿਆ, ਝੋਨਾ ਜਿਹੜਾ ਕਹਿੰਦੇ ਪੰਜਾਬ ਹਰਿਆਣਾ ਨੂੰ ਫੋਕਸ ਰੱਖ ਕੇ ਕੀਤਾ ਗਿਆ, ਮੈਨੂੰ ਥੋੜ੍ਹਾ ਸਮਝਾ ਦਿਓ ਇਹ ਸਿਆਸੀ ਚਸ਼ਮੇ ਨਾਲ ਕਿਉਂ ਦੇਖਿਆ ਜਾ ਰਿਹਾ? ਪਤਾ ਕਿ ਫੋਕਸ ਨਹੀਂ, ਮਾਮਲਾ ਇਹ ਆ ਵੀ 3 ਰਾਜਾਂ ਦੀਆਂ ਚੋਣਾਂ ਆ। ਅੱਛਾ, 3 ਰਾਜਾਂ ਦੀਆਂ ਚੋਣਾਂ ਨੂੰ ਮੁੱਖ ਰੱਖਦਿਆਂ
ਇਹਨਾਂ ਨੇ ਇੱਕ ਲੁਭਾਣ ਵਾਲਾ ਜਿਹੜਾ ਇਹ ਕੀਤਾ ਕੰਮ ਵੀ 200 ਰੁਪਇਆ ਵਧਾ ਕੇ ਕਪਾਹ ਦਾ ਰੇਟ ਵੀ ਵਧਾ ਦਿੱਤਾ ਜੀ, ਥੋੜ੍ਹਾ ਜਿਹਾ ਸਮਰਥਨ ਮੁੱਲ ਵੱਧ ਦੇ ਦਿੱਤਾ, ਇਹਦਾ ਵੀ ਦੇ ਦਿੱਤਾ। ਪਰ ਅਸਲ ਜਿਹੜੇ ਸਵਾਮੀਨਾਥਨ ਰਿਪੋਰਟ ਹੈਗੀ ਹੈ ਉਹਦੇ ਮੁਤਾਬਕ ਜਿਹੜੀ ਕਪਾਹ ਦਾ ਜਿਹੜਾ ਇਹਨਾਂ ਨੇ ਸਮਰਥਨ ਮੁੱਲ ਦਿੱਤਾ ਆ ਉਹ ਹਾਲੇ ਵੀ 1414 ਰੁਪਏ ਘੱਟ ਆ। ਠੀਕ ਆ, ਇਹਨਾਂ ਦੀ ਆਪਣੀ ਸਰਕਾਰ ਹੈ ਹਰਿਆਣੇ ਵਿੱਚ, ਜਿਹੜੀ ਮੈਂ ਪਹਿਲਾਂ ਵੀ ਗੱਲ ਕੀਤੀ ਜਿਹਨੂੰ ਤੁਸੀਂ ਸੀਰੀਅਸ ਨਹੀਂ ਲਿਆ, ਹਰਿਆਣਾ ਸਰਕਾਰ ਨੇ ਆਪ ਇਹ ਗੱਲ ਮੰਨੀ ਹੈ ਵੀ ਲਾਗਤ ਮੁੱਲ ਜਿਹੜਾ ਝੋਨੇ 'ਤੇ ਆਉਂਦਾ ਹੈ ਉਹ 2200 ਰੁਪਏ ਆਉਂਦਾ ਹੈ। ਅਸੀਂ ਤਾਂ ਸੀਰੀਅਸ ਲੈ ਰਹੇ ਮਨਦੀਪ ਜੀ, ਸਰਕਾਰ ਸੀਰੀਅਸ ਨਹੀਂ ਲੈ ਰਹੀ ਸੈਂਟਰ ਦੀ। ਮੈਂ ਮੁਆਫ਼ੀ ਚਾਹੂੰਗਾ ਤੁਹਾਡੇ ਤੋਂ, ਮਤਲਬ 2200 ਰੁਪਏ ਜਿਹੜਾ ਹੈਗਾ ਉਹ ਲਾਗਤ ਮੁੱਲ ਆਉਂਦਾ ਹੈ। ਇਹਦਾ ਮਤਲਬ ਇਹ ਹੈਗਾ ਵੀ ਲਾਗਤ ਮੁੱਲ ਤੋਂ ਵੀ ਹਾਲੇ ਜਿਹੜਾ ਸਮਰਥਨ ਜਿਹੜਾ ਇਹਨਾਂ ਨੇ ਮੁੱਲ ਦਿੱਤਾ ਆ ਉਹ ਕਿਤੇ ਬਹੁਤ ਘੱਟ ਖੜਾ ਆ। ਮਤਲਬ ਇਸ ਵੇਲੇ ਘੱਟੋ ਘੱਟ ਜਿਹੜਾ ਹੈਗਾ ਜੇ 600 ਰੁਪਏ ਜਾਂ 600 ਰੁਪਏ ਤੋਂ ਵੱਧ ਇਹ ਦਿੰਦੇ ਆ ਸਮਰਥਨ ਮੁੱਲ ਤਾਂ ਕਿਸਾਨ ਨੂੰ ਲਾਗਤ ਮੁੱਲ ਵਾਪਸ ਮਿਲਦਾ ਆ। ਇਹਦਾ ਮਤਲਬ ਇਹ ਹੈਗਾ ਕਿ ਇਸ ਵੇਲੇ ਜੇ ਵਾਕਈ ਕਿਸਾਨ ਨੂੰ ਇਹਨਾਂ ਨੇ ਇਹ ਕਹਿੰਦੇ ਵੀ ਅਸੀਂ ਉਹਨਾਂ ਦੀ ਜਿਹੜੀ ਦੁੱਗਣੀ ਕੀਮਤ ਕੀ ਦੇਣਗੇ ਲਾਗਤ ਤੋਂ, ਪਰ ਘੱਟੋ ਘੱਟ ਜੇ ਲਾਗਤ ਤੋਂ ਉਹਨਾਂ ਨੂੰ 500 ਰੁਪਏ ਵੀ ਵੱਧ ਜੇ ਕਿੱਲਾ ਇਹਨਾਂ ਨੇ ਰੇਟ ਦੇਣਾ ਆ ਤਾਂ ਉਹਦੇ ਲਈ ਵੀ ਇਹਨਾਂ ਨੂੰ ਜਿਹੜਾ ਹੈਗਾ ਉਹ 2500 ਤੋਂ 2800 ਰੁਪਏ ਕਰਨਾ ਪਏਗਾ ਕੁਇੰਟਲ ਜਿਹੜਾ ਘੱਟ। ਇਹਦੇ 'ਚ ਇੱਕ ਵੱਖਰੀ ਗੱਲ ਇੱਕ ਹੋਰ ਸਮੱਸਿਆ ਆਉਂਦੀ ਹੈ ਜੀ, ਜੇ ਝੋਨੇ ਜਾਂ ਕਣਕ ਦਾ ਜਿਹੜਾ ਸਮਰਥਨ ਮੁੱਲ ਵਧਾਉਂਦੀ ਹੈ ਸਰਕਾਰ ਇਹਦੇ ਨਾਲ ਗਰੀਬ ਤਬਕਾ ਵੀ ਬਹੁਤ ਮਰਦਾ ਆ। ਇਹਦਾ ਮਤਲਬ ਇਹ ਹੈਗਾ ਵੀ ਉਹਨਾਂ ਦੇ ਲਾਗਤ ਮੁੱਲ ਨੂੰ ਜਿਹੜਾ ਹੈਗਾ ਜਾਂ ਤਾਂ ਘਟਾਉਣ, ਠੀਕ ਹੈ ਨਾ, ਵੀ ਜੇ ਸਮਰਥਨ ਮੁੱਲ ਜਿਹੜਾ ਹੈਗਾ ਜਾਂ ਫਿਰ ਸਮਰਥਨ ਮੁੱਲ ਵਧਾਉਣ ਅਤੇ ਜਿਹੜੇ ਗਰੀਬ ਹੈਗੇ ਆ ਉਹਨਾਂ ਦੇ ਰਾਸ਼ਨ ਦਾ ਜਿਹੜਾ ਸਰਕਾਰ ਪ੍ਰਬੰਧ ਕਰੇ। ਮਤਲਬ ਇਹ ਕਿ ਇਹ ਇੰਨਾ ਜਿਹੜਾ ਪਾੜਾ ਹੈਗਾ ਗਰੀਬ ਅਤੇ ਕਿਸਾਨ ਦੇ ਵਿੱਚ ਵੀ ਇੱਕ ਤਰ੍ਹਾਂ ਨਾਲ ਦੁਸ਼ਮਣੀ ਪੈਦਾ ਕਰਨ ਵਾਲੀ ਇਹ ਜਿਹੜੀ ਸੋਚ ਹੈਗੀ ਸਰਕਾਰਾਂ ਦੀ, ਇਹ ਕੋਈ ਨਾ ਕੋਈ ਇਹਨਾਂ ਨੂੰ ਜਿਹੜਾ ਹੈਗਾ ਉਹ ਬਹੁਤ ਤਰੀਕੇ ਨਾਲ ਚੱਲਣ ਦੀ ਲੋੜ ਹੈਗੀ ਹੈ। ਗਰੀਬਾਂ ਨੂੰ ਵੀ ਧਿਆਨ 'ਚ ਰੱਖਣ, ਕਿਸਾਨਾਂ ਨੂੰ ਵੀ। ਕਿਸਾਨ ਲਗਾਤਾਰ 3 ਲੱਖ ਕਿਸਾਨ ਜਿਹੜਾ ਹੈਗਾ ਹੁਣ ਤੱਕ ਖੁਦਕੁਸ਼ੀ ਕਰ ਰਿਹਾ। ਬਹੁਤ ਮਹੱਤਵਪੂਰਨ ਸਵਾਲ ਹੈ। ਜਸਤੇਜ ਸਿੰਘ, ਸਵਾਲ ਜਦੋਂ ਉੱਠਦਾ ਕਿ ਕਿਸਾਨ ਨੂੰ ਇੰਨੀ ਕੀਮਤ ਦੇਣੀ ਚਾਹੀਦੀ ਹੈ, ਲਾਗਤ ਮੁੱਲ ਅਤੇ ਸਮਰਥਨ ਮੁੱਲ ਸਾਰਾ ਕੁਛ ਕਿਹਾ ਜਾਂਦਾ, ਪਰ ਸਭ ਦੇ ਵਿਚਾਲੇ ਸਵਾਲ ਜਿਹੜਾ ਹੁੰਦਾ ਕਿ ਮਹਿੰਗਾਈ। ਹੁਣ ਸਰਕਾਰ ਨੂੰ ਮਹਿੰਗਾਈ ਵੀ ਕੰਟਰੋਲ ਕਰਨੀ ਹੈ, ਕਿਸਾਨਾਂ ਨੂੰ ਵੀ ਰਾਹਤ ਦੇਣੀ ਹੈ, ਸਰਕਾਰ ਕਰੇ ਤਾਂ ਕਰੇ ਕੀ, ਕਿਹੜਾ ਫਾਰਮੂਲਾ ਤਿਆਰ ਕਰੇ ਫਿਰ? ਦੇਖੋ, ਜਦੋਂ ਇਹਨਾਂ ਨੇ 2.5 ਲੱਖ ਕਰੋੜ ਦਾ NPA ਸੀਗਾ ਜਿਹੜਾ, ਜਿਹੜੇ ਇਹਨਾਂ ਨੂੰ ਫੰਡ ਕਰਦੇ ਆ ਉਹੀ 40 ਪਰਿਵਾਰ 92 ਆਨਵਰਡਸ ਇਹ ਸ਼ੁਰੂ ਹੋਇਆ ਕੰਮ, ਕਾਂਗਰਸ ਦੇ ਟਾਈਮ ਤੋਂ ਹੋਇਆ ਸਟਾਰਟ। ਇਹ ਅੱਜ ਵੀ ਉਹੀ 40 ਫੈਮਿਲੀਜ਼ ਹੈ, ਉਹੀ 40 ਵੱਡੇ ਪਰਿਵਾਰ ਨੇ ਜਿਨ੍ਹਾਂ ਦਾ ਹਰ 10 ਸਾਲ ਬਾਅਦ 12 ਸਾਲ ਬਾਅਦ ਕਰਜ਼ਾ ਮਾਫ਼ ਹੁੰਦਾ ਆ ਰਿਹਾ। ਜਦੋਂ ਹੁਣ 2.4 ਲੱਖ ਕਰੋੜ ਦਾ ਇਹਨਾਂ ਨੇ ਰਾਈਟ ਆਫ ਕੀਤਾ ਲੋਨ, ਠੀਕ ਹੈ, ਉਦੋਂ ਇਹ ਚੀਜ਼ਾਂ ਨਜ਼ਰ ਨਹੀਂ ਆਉਂਦੀਆਂ ਕਿ ਸਰਕਾਰ ਨੂੰ ਇਹ? ਸਿਰਫ ਜਦੋਂ ਵੋਟ ਬੈਂਕ ਜਿਹੜਾ, ਕਿਉਂਕਿ ਕਿਸਾਨ ਜਿਹੜੇ ਉਹ ਲਾਮਬੰਦ ਨਹੀਂ ਹੈਗੇ, ਕਿਸਾਨੀ ਜਿਹੜੀ ਹੈ ਉਹ ਇੱਕ ਪ੍ਰੋਪਰ ਉਹਨਾਂ ਦਾ ਇੱਕ ਵੋਟ ਬੈਂਕ ਨਹੀਂ ਹੈ ਇਕੱਠਾ, ਤੇ ਜਦੋਂ ਉਹਨਾਂ ਦਾ ਲੋਨ ਵੇਵ ਦਾ ਇਹਨਾਂ ਦੇ ਦਿਮਾਗ 'ਚ ਆਉਂਦਾ ਹੈ ਉਦੋਂ ਹੀ ਸਿਰਫ ਇਹ ਸੋਚਦੇ ਕਿ ਹਾਂਜੀ ਇਹ ਲੋਸ ਹੋਏਗਾ, ਇਹ ਹੋਏਗਾ। ਤੁਸੀਂ ਦੇਖੋ ਅੱਜ ਦੀ ਡੇਟ ਦੇ ਵਿੱਚ ਮੈਂ ਮੌਕਾ ਪ੍ਰਸਤੀ ਦੀ ਸਿਆਸਤ ਕਿਉਂ ਗਈ? ਪਹਿਲੀ ਗੱਲ ਤਾਂ ਹੁਣ ਡਾਕਟਰ ਅਮਰ ਸਿੰਘ ਜੀ ਕਹਿ ਰਹੇ 2008-09 ਉਹਨਾਂ ਨੇ ਵੇਰਵਾ ਦਿੱਤਾ, ਚਲੋ ਅਸੀਂ ਥੋੜ੍ਹਾ ਵੈਰੀਫਾਈ ਵੀ ਕੀਤਾ ਕਿ ਹਾਂ 230 ਨਹੀਂ ਤਾਂ 205 ਰੁਪਏ ਹੋਏਗਾ, ਪਰ 2008-09 ਕਿਹੜਾ ਸਾਲ ਸੀਗਾ? 2007-08 'ਚ ਵਧਿਆ ਹੈ ਇਹ, ਮੈਂ ਤੁਹਾਨੂੰ ਹੁਣੇ ਦੁਬਾਰਾ ਦਿਖਾ ਦੂੰਗਾ, ਫੇਰ ਕਹੀ ਜਾਣਾ ਮੈਂ ਬਹਿਸ ਹੋ ਜਾਣਾ। ਅੱਛਾ ਚਲੋ ਠੀਕ ਹੈ ਡਾਕਟਰ ਸਾਹਿਬ, ਮੈਨੂੰ ਅਲਾਉ ਮੀ ਟੂ ਕੰਪਲੀਟ, ਅਲਾਉ ਮੀ ਟੂ ਕੰਪਲੀਟ। 2008-09 ਕਿਹੜਾ ਸਾਲ ਸੀਗਾ? 8-09 ਨਹੀਂ ਹੈਗਾ, 7-8 ਉਹ ਵੀ ਤਾਂ ਇਲੈਕਸ਼ਨ ਦਾ ਹੀ ਸਾਲ ਸੀਗਾ ਨਾ, ਠੀਕ ਹੈ। ਸੋ ਮਤਲਬ ਦੇਖੋ 50,000 ਕਰੋੜ ਰੁਪਿਆ ਮੋਦੀ ਸਰਕਾਰ ਨੇ ਜਨਵਰੀ ਦੇ ਵਿੱਚ ਐਕਸਟਰਾ ਲੋਨ ਲਿਆ ਹੈ ਵਰਲਡ ਬੈਂਕ ਤੋਂ ਬਾਹਰੋਂ, ਮਤਲਬ ਜਿੰਨਾ ਉਹਨਾਂ ਨੇ ਟਾਰਗੇਟ ਬਣਾਇਆ ਸੀ ਉਸ ਤੋਂ ਜ਼ਿਆਦਾ 50,000 ਕਰੋੜ ਲਿਆ, ਹੁਣ 15,000 ਕਰੋੜ ਹੋਰ ਲਿਆ। ਸੋ ਫਿਰ ਸਮਝ ਰਹੇ ਹੋ ਗੱਲ, ਕਿਉਂ ਲਿਆ? ਤਾਂ ਕਿ ਵੋਟਾਂ ਪੈਣੀ ਹੈ ਹੁਣੇ ਇਹਨਾਂ ਨੂੰ, ਕਿਸਾਨਾਂ ਨੂੰ ਜ਼ਿਆਦਾ MSP ਦੇ ਦਿਓ ਤਾਂ ਕਿ ਵੋਟ ਬੈਂਕ ਇਹਨਾਂ ਦੇ ਫੇਵਰ ਦੇ ਵਿੱਚ ਹੋ ਜੇ। ਮਤਲਬ ਇਹ ਮੌਕਾ ਪ੍ਰਸਤੀ ਸਿਆਸਤ ਹੈ ਕਿ ਨਹੀਂ ਹੈ? ਸਨਵਾਰੇ ਸਾਹਿਬ ਇਹਦਾ ਜਵਾਬ ਦਿਓ ਤੁਸੀਂ। ਜਸਜੀਤ ਜੀ, ਸਭ ਤੋਂ ਪਹਿਲਾਂ ਤਾਂ KP ਜੀ ਮੈਂ ਮੇਰੇ ਆਮ ਪਾਰਟੀ ਕੇ ਪ੍ਰਵਕਤਾ ਜੀ ਨੂੰ ਹੱਥ ਜੋੜ ਕੇ ਬੇਨਤੀ ਕਰਦਾ ਕਿ ਮਿਸ ਇਨਫੋਰਮੇਸ਼ਨ ਇੰਨੀ ਬੜੀ ਇੰਪੋਰਟੈਂਟ ਚੈਨਲ ਤੇ ਨਾ ਕਰੇ। ਇਹ ਚੌਥੀ ਪੰਜਵੀਂ ਵਾਰ ਇਸੀ ਚੈਨਲ ਕਿਹੜੀ ਕਿਹੜੀ ਮਿਸ ਇਨਫੋਰਮੇਸ਼ਨ 40 ਪਰਿਵਾਰਾਂ ਲਈ? ਨਾ ਨਾ ਨਾ, ਹਾਂ 40 ਪਰਿਵਾਰਾਂ ਦੀ, 40 ਪਰਿਵਾਰਾਂ ਦੀ, ਠੀਕ ਹੈ ਜੀ, ਗਲਤ ਨਹੀਂ, 1,00,000 ਕਰੋੜ ਰੁਪਿਆ ਮਾਫ ਕਰ ਦਿੱਤਾ। ਰਾਈਟ ਆਫ ਕਹਿ ਮੈਂ ਵਰਡ ਅੱਜ ਸੁਣ ਲਓ, ਰਾਈਟ ਆਫ ਦੇਖੀਏ ਕਿਦਾਂ ਉਹ ਪੈਸਾ ਰਾਈਟ ਆਫ ਵੀ ਮਾਫੀ ਹੈ, ਲਾਇਬਿਲਟੀ ਉੱਥੇ ਰਹਿੰਦੀ ਨੇ। ਅੱਛਾ ਫਿਰ ਕਿਸਾਨਾਂ ਦਾ ਰਾਈਟ ਆਫ ਕਰ ਦਿਓ, ਉਹ ਮੈਨੂੰ ਲੱਗਦਾ ਇਹ ਤਾਂ ਜੋਸ਼ੀ ਹੋਣੇ ਚਾਹੀਦੇ ਨੇ। ਨਹੀਂ ਨਹੀਂ, ਤੁਸੀਂ ਕਿਸਾਨਾਂ ਦਾ ਰਾਈਟ ਆਫ ਕਰ ਦਿਓ, ਕਿਸਾਨਾਂ ਦਾ
ਦਾ ਰਾਈਟ ਆਫ ਕਰ ਦੋ ਨਾ ਫਿਰ ਉਹ ਕੀ ਕਰ ਰਿਹਾ ਕਿਸਾਨ ਦਾ ਰਾਈਟ ਆਫ ਕਰ ਦੋ ਫਿਰ ਤੂੰ ਕਿਸਾਨ ਦਾ ਰਾਈਟ ਆਫ ਉੱਤੇ ਰਹਿੰਦੀ ਹੈ ਤੁਹਾਨੂੰ ਪਤਾ ਨਹੀਂ ਉਹ ਵੋਕਿੰਗ ਸਾਹਿਬ ਕਿਸਾਨਾਂ ਦਾ ਰਾਈਟ ਆਫ ਕਰ ਦੋ ਕਿਸਾਨਾਂ ਦਾ ਕਿਉਂ ਨਹੀਂ ਰਾਈਟ ਆਫ ਕਰਦੇ ਇਸ ਤੋਂ ਬਾਅਦ ਇਹ ਕਹਿੰਦੇ ਜੀ ਮੌਕਾ ਪ੍ਰਸਤੀ ਨੇ ਇਹ ਭੁੱਲ ਗਏ ਹੁਣ ਦਿੱਲੀ ਵਿੱਚ ਜਦੋਂ ਘੁੰਮ ਰਹੇ ਸੀ ਮੈਂ ਬਿਜਲੀ ਪਾਣੀ ਸਭ ਕੁਝ ਫਰੀ ਦੇਊਂਗਾ ਹੈ ਉੱਥੇ ਇਹਨਾਂ ਨੂੰ ਮੌਕਾ ਪ੍ਰਸਤੀ ਨਜ਼ਰ ਨਾ ਆਈ ਹੁਣ ਕਹਿੰਦੇ ਕਿ ਮੈਂ ਤੇ ਕਹਿੰਦਾ ਜਵਾਬ ਲੈ ਲਓ ਸਰੋ ਇਹ ਹਸਣਾ ਇਹ ਜਵਾਬ ਲੈ ਲਓ ਪਲੀਜ਼ ਮਾਰ ਰਹੇ ਹੋ ਨਾ ਪਾਣੀ ਅਸੀਂ ਫ੍ਰੀ ਦੇਵਾਂਗੇ ਉਹਦੇ ਬਾਅਦ ਜੋ ਬੰਡਲ ਮੈਂ ਉੱਥੇ ਅੱਜ ਕਿਸਾਨ ਦੀ ਗੱਲ ਕਰੀਏ ਅੱਜ ਅਸੀਂ ਸਾਰੇ ਬੈਠ ਕਰਕੇ ਇੱਥੇ ਪੋਲਿਟਿਕਸ ਨਾ ਚਲੋ ਮੈਨੂੰ ਇੱਕ ਚੀਜ਼ ਦੱਸੋ ਤੁਸੀਂ ਕਿਸਾਨ ਖੁਦਕੁਸ਼ੀਆਂ ਰੁਕ ਜਾਣਗੀਆਂ ਜਿਹੜੀ MSP ਵਧਾਈ ਆ ਤੁਸੀਂ ਉਹਦੇ ਲਈ ਕੀ ਕਦਮ ਚੱਕ ਰਹੇ ਹੋ ਬਿਲਕੁਲ ਨਹੀਂ ਆ ਫਿਰ ਉਹੀ ਮੈਂ ਹੁਣ ਕੀ ਰੁਕੂਗਾ ਇਹਦੇ ਨਾਲ ਕੀ ਰੁਕੂਗਾ ਜਾਂ ਵਧੂਗਾ ਕੀ ਥੋੜੀ ਜੀ ਰਾਹਤ ਉਹਨੂੰ ਮਿਲੂਗੀ ਜਦੋਂ ਹੁਣੇ ਸਾਡੇ ਐਕਸਪਰਟ ਨੂੰ ਕਿਹਾ ਕਿ ਜੀ ਹੁਣ ਮਹਿੰਗਾਈ ਵਧੂਗੀ ਕਿਉਂਕਿ ਜਿੰਨਾ ਬੜਾਓਗੇ ਮੈਂ ਉਹਨਾਂ ਨੇ ਇੱਕ ਬੜਾ ਇੰਪੋਰਟੈਂਟ ਟੋਪਿਕ ਦੱਸਿਆ ਹੈ ਕਿ ਜਿਹੜਾ ਇਨਪੁੱਟ ਖਰਚਾ ਕਿਸਾਨ ਦਾ ਹੋ ਰਿਹਾ ਹੈ ਉਹਨੂੰ ਕਿਸੇ ਤਰ੍ਹਾਂ ਕੰਮ ਕੀਤਾ ਜਾਊ ਔਰ ਦੇਖੀਏ ਸਾਡੇ ਪ੍ਰਧਾਨ ਤੁਸੀਂ ਕਰਨਾ ਨਹੀਂ ਨਾ ਉਹਦਾ ਜਵਾਬ ਜਿਹੜੀ ਉਹ ਗੱਲ ਕਹਿ ਰਹੇ ਆ ਨਾ ਜਿਹੜੀ ਗੱਲ ਕਹਿ ਰਹੇ ਆ ਜਿਹੜੀ ਤੁਹਾਡੇ ਭਾਈਵਾਲ ਜਿਹੜੇ ਹੈਗੇ ਜਿਹੜੇ ਤੁਹਾਨੂੰ ਫੰਡਿੰਗ ਕਰਦੇ ਆ ਤੁਹਾਨੂੰ ਕਰਨ ਨਹੀਂ ਦੇਣਗੇ ਕਿਉਂਕਿ ਤੁਸੀਂ ਡੀਜ਼ਲ ਡੀਜ਼ਲ ਨੂੰ ਤੁਸੀਂ ਖੁੱਲਾ ਛੱਡਤਾ ਉਹ ਡਿਫਰੈਂਟ ਸਟੋਰੀ ਹੈ ਕਿ ਡਿਫਰੈਂਟ ਸਟੋਰੀ ਹੈ ਉਹ ਤਾਂ ਦੇਖਾਂਗੇ ਅਸੀਂ ਦੇਖਾਂ ਸਰਕਾਰ ਸਾਡੀ ਹੈ ਇਹਦਾ ਕਹਿਣ ਤੇ ਉਹ ਖਰਚਾ ਜੋ ਇਨਪੁਟ ਦਾ ਹੈ ਉਹ ਕੰਮ ਕਰਨਾ ਪਊਗਾ ਹੁਣ ਇਹ ਇੰਨੀ ਇੰਨੀ ਉਹ ਤੇ ਕੌਣ ਕੰਮ ਕਰੂਗਾ ਉਹ ਨਹੀਂ ਉਹ ਸਾਡੀ ਸਰਕਾਰ ਆਪ ਜੀ ਦਾ ਧਿਆਨ ਮੈਂ ਲੈ ਕੇ ਜਾ ਰਿਹਾ ਕਿ ਪ੍ਰਧਾਨ ਮੰਤਰੀ ਜਦੋਂ ਕਿਸਾਨਾਂ ਨੂੰ ਮਿਲੇ ਸੀ ਪਿਛਲੇ ਹਫ਼ਤੇ ਉੱਥੇ ਜਾ ਕਰਕੇ ਕਿਸਾਨ ਉੱਥੇ ਮਿਲੇ ਸੀ ਉਹਨਾਂ ਨੂੰ ਛੋਟੀ ਛੋਟੀ ਚੀਜ਼ਾਂ ਤੇ ਮਾਈਕਰੋ ਡ੍ਰਿਪ ਇਰੀਗੇਸ਼ਨ 50,000 ਕਰੋੜ ਰੁਪਏ ਖਰਚ ਕੀਤਾ ਨੇ ਤਾਂ ਕਿ ਪਾਣੀ ਉਹਨਾਂ ਨੂੰ ਮਿਲ ਪਾਉ ਬੀਜ ਜਿਹੜੇ ਇੱਥੇ ਪੰਜਾਬ ਦੀ ਧਰਤੀ ਇਹ ਗੱਲ ਕੀਤੀ ਸੀ 2014 ਵਿੱਚ ਕੋਟਪੁਰਾ ਰੈਲੀ ਹੋਈ ਸੀ ਡਾਕਟਰ ਅਮਰ ਸਿੰਘ ਹਾਂ ਮੈਂ ਇਹ ਕਹਿਣਾ ਚਾਹੁੰਦਾ ਸੀ ਕਿ ਇਹਨਾਂ ਦੀ ਜਦੋਂ ਦੀ 2014 ਦੀ ਸਰਕਾਰ ਬਣੀ ਆ ਇਹ ਜੋ ਮਰਜ਼ੀ ਭਾਸ਼ਣ ਦੇਣ ਜੋ ਇਹ ਬਜਟ ਰੱਖਦੇ ਹੈਗੇ ਆ ਇਹ ਸੈਕਟਰ ਦਾ ਉਹ ਘਟਿਆ ਹੈਗਾ ਔਰ ਜਿਹੜੀ ਮੇਰੀ ਜਾਣਕਾਰੀ ਆ ਇਸ ਵੇਲੇ ਫੂਡ ਸਬਸਿਡੀ ਦਾ ਕੋਈ 1.5 ਲੱਖ ਕਰੋੜ ਰੁਪਈਆ ਇਹਨਾਂ ਨੇ ਬਜਟ ਨਹੀਂ ਦਿੱਤਾ ਹੈਗਾ ਔਰ ਆਹ ਜਿਹੜਾ 12-15 ਹਜ਼ਾਰ ਕਰੋੜ ਪੈਣਾ ਹੈਗਾ ਇਹਨੂੰ ਅਜੇ ਬਜਟ 'ਚ ਰੱਖਿਆ ਨਹੀਂ ਆ ਇਹ ਜੁਮਲਿਆਂ ਦੀ ਸਰਕਾਰ ਹੈਗੀ ਆ ਜੁਮਲੇ ਬੋਲਦੇ ਆ ਜੇ ਉਹਨੂੰ ਤੁਸੀਂ ਬਜਟ ਨਹੀਂ ਦਿਓਗੇ ਇਹ ਸਟੇਟਾਂ ਤੇ ਪੈਣਾ ਆ ਡਾਕਟਰ ਅਮਰ ਸਿੰਘ ਇਹ ਆਪਦੀ ਸਰਕਾਰ ਨੂੰ ਵੀ ਸਵਾਲ ਕਰਿਓ ਜ਼ਰੂਰ ਤੁਸੀਂ ਵਾਅਦਾ ਕੀਤਾ ਹੈ ਕਿਸਾਨਾਂ ਨਾਲ ਕਿਹੜਾ ਤੁਸੀਂ ਵਾਅਦਾ ਕੀਤਾ ਹੈ ਕਿਸਾਨਾਂ ਨਾਲ ਕਰਜ਼ਾ ਮਾਫੀ ਦਾ ਅਸੀਂ ਸਾਡਾ ਉੱਥੇ ਵੀ ਸਵਾਲ ਕਰਿਆ ਕੇਂਦਰ ਸਾਡੀ ਸਰਕਾਰ ਹੁੰਦੀ ਹੈ ਤੇ ਕਰਜ਼ਾ ਮਾਫੀ ਕਰਾਂਗੇ ਠੀਕ ਹੈ ਹਾਂ ਥੇੜੀ ਸਾਹਿਬ ਕੀ ਕਹਿ ਰਹੇ ਹੋ ਤੁਸੀਂ ਮੈਂ ਇਹ ਪੁੱਛਣਾ ਚਾਹੁੰਦਾ ਜੀ ਵੀ ਬੀਜੇਪੀ ਵਾਲੇ ਕਹੀ ਤਾਂ ਜਾਂਦੇ ਆ ਵੀ ਖਰਚਾ ਘੱਟ ਕਰਿਆ ਜਾਊਗਾ ਜੀ ਉਹ ਕਦ ਕਰਿਆ ਜਾਊਗਾ ਜਦ ਸਰਕਾਰ ਚਲੇ ਜਾਊਗੀ 2022 ਡੀਜ਼ਲ 60 ਰੁਪਏ ਲੀਟਰ ਹੋ ਗਿਆ ਇਸ ਸਾਲ ਝੋਨੇ ਦੇ ਲੋੜ ਪਰ ਜਿਹੜਾ 200 ਰੁਪਇਆ ਦਿੱਤਾ ਹੈ ਉਹਦੇ 'ਚੋਂ 100 ਰੁਪਏ ਤੋਂ ਵੱਧ ਤਾਂ ਖਰਚੇ ਵੱਧ ਚੁੱਕੇ ਆ ਜਿਹੜੀ ਲੇਬਰ ਹੈ ਉਹ 2,000 ਤੋਂ 3,000 ਤੋਂ ਉੱਪਰ ਟੱਪ ਗਈ ਹੈ ਸਾਹਿਬ ਉਹਨਾਂ ਨੇ ਕਿਹਾ 2022 ਸਾਡਾ ਟਾਰਗੇਟ ਹੈ ਉਹਦੇ ਵਿੱਚ ਸਾਰਾ ਕੁਝ ਕਰ ਦਾਂਗੇ ਅਸੀਂ ਇਹਦੇ ਕੋਲ ਕੀ ਗਰੰਟੀ ਹੈ ਵੀ ਸਰਕਾਰ ਇਹਨਾਂ ਦੀ ਆਉਣੀ ਹੈ ਤੇ ਬਹੁਤ ਕਿਸਾਨੀ ਵਾਸਤੇ ਕੰਮ ਕਰ ਰਹੇ ਆ ਵੀ ਜਿਹੜੇ ਕਿਸਾਨ ਇਹਨਾਂ ਨੂੰ ਵੋਟਾਂ ਪਾਉਣਗੇ ਇਹ ਤਾਂ ਸਿਰਫ ਲੋਕਾਂ ਨੂੰ ਗੁੰਮਰਾਹ ਕਰਿਆ ਜਾਂਦਾ 12 ਕਰੋੜ ਕਿਸਾਨ ਕਿਹੜੇ ਆ ਜਿਨ੍ਹਾਂ ਨੇ ਗੱਲ ਕੀਤੀ ਜਿਹੜਾ ਗੱਲ ਆਈ ਆ 12 ਕਰੋੜ ਗਿਣ ਲਓ ਚਾਹੇ ਕਿੰਨੇ ਅਸੀਂ ਕਰੋੜਾਂ 'ਚ ਨਹੀਂ ਗਿਣਦੇ ਇਹਨਾਂ ਨੇ ਕਿਹਾ ਵੀ ਮੋਦੀ ਜੀ ਦੇ ਨਾਲ ਕਿਸਾਨਾਂ ਦੀ ਗੱਲ ਹੋਈ ਮੈਂ ਪੁੱਛਣਾ ਚਾਹੁੰਦਾ ਉਹ ਕਿਹੜੇ ਕਿਸਾਨ ਤੇ ਉਹ ਇਹਨਾਂ ਦੇ ਵਰਕਰ ਸੀ ਇਹਨਾਂ ਦੇ ਜਿਹੜਾ ਕਿਸਾਨ ਮੋਰਚਾ BJP ਦਾ ਉਹਨਾਂ ਬੰਦਿਆਂ ਨੂੰ ਇਕੱਠੇ ਕਰਕੇ ਉੱਥੇ ਲਿਜਾਇਆ ਗਿਆ ਉਹਨਾਂ ਤੋਂ ਬਿਨਾਂ ਕਿਹੜਾ ਕਿਸਾਨ ਕਿਹੜੀ ਕਿਸਾਨ ਜਦੇ ਵਧੀਏ ਬੰਦੇ ਗਏ ਮੈਨੂੰ ਦੱਸਿਆ ਜਾਵੇ ਇਸ ਗੱਲ ਦਾ ਜਵਾਬ ਦਿਓ ਤੁਸੀਂ ਕਿਸਾਨਾਂ ਦੀ ਹਾਲਤ ਵਾਕਈ ਤਰਸਯੋਗ ਹੈ ਪਰ ਦੂਜੀ ਗੱਲ ਜੇ ਕਿਸਾਨਾਂ ਲਈ ਕੁਛ ਕਰ ਰਿਹਾ ਸੂਬੇ ਦੀ ਸਰਕਾਰ ਕਰਦੀ ਹੈ ਜਾਂ ਸੈਂਟਰ ਦੀ ਸਰਕਾਰ ਕਰਦੀ ਹੈ ਸਾਨੂੰ ਉਹ ਤੇ ਰਾਜਨੀਤੀ ਨਹੀਂ ਕਰਨੀ ਚਾਹੀਦੀ ਘੱਟੋ ਘੱਟ ਜੋ ਕੋਈ ਚੰਗੇ ਭਲੇ ਦੀ ਗੱਲ ਕਰਦਾ ਕਰਨੀ ਚਾਹੀਦੀ ਆ ਜਿਵੇਂ ਅਮਨਦੀਪ ਸਿੰਘ ਜੀ ਹੋਰਾਂ ਨੇ ਗੱਲ ਕੀਤੀ ਹੈ ਮਦਨਦੀਪ ਜੀ ਹੋਰਾਂ ਨੇ ਸੋਰੀ ਕਿ ਮਹਿੰਗਾਈ ਵਧੂਗੀ ਮਾਫ ਕਰਨਾ ਕਿਸਾਨਾਂ ਦੀ ਜਿਣਸਾਂ ਸਰਕਾਰਾਂ ਖਰੀਦਦੀਆਂ ਸੂਬੇ ਦੀ ਸਰਕਾਰ ਖਰੀਦਦੀ ਆ ਕੇਂਦਰ ਦੀ ਸਰਕਾਰ ਖਰੀਦਦੀ ਆ ਲੇਕਿਨ ਆਟਾ ਦਾਲ ਸਕੀਮ ਜਿਹੜੀ ਹੈ ਉਹ ਨਿਰਵਿਘਨ ਜਾਰੀ ਹੈ ਸਾਰੇ ਸੂਬਿਆਂ 'ਚ ਅਤੇ ਮਹਿੰਗਾਈ ਕਿਵੇਂ ਵਧੂਗੀ ਜੀ ਜਿਨ੍ਹਾਂ ਦੇ ਕੋਲ ਖੇਤੀ ਨਹੀਂ
ਬਿਲੋ ਪਾਵਰਟੀ ਲਾਈਨ ਤੇ ਲੋਕ ਰਹਿ ਰਹੇ ਆ ਉਹਨਾਂ ਨੂੰ ਫ੍ਰੀ 18 ਸਾਰਿਆਂ ਨੂੰ ਥੋੜੀ ਮਿਲਦਾ ਆਕੜੀ ਸਾਹਿਬ ਨੋਮੀਨਲ ਰੇਟ ਤੇ ਜਿਹੜਾ 18 ਸਾਰਿਆਂ ਨੂੰ ਥੋੜੀ ਮਿਲਦਾ ਆਕੜੀ ਸਾਹਿਬ ਕਿਉਂ ਤੁਸੀਂ ਗੁੰਮਰਾਹ ਕਰ ਆਕੜੀ ਸਾਹਿਬ ਨੇ ਸਭ ਦਿਖਾਵੇ ਦੀਆਂ ਗੱਲਾਂ ਤੁਹਾਡੀ ਆਪਣੀ ਮੰਡੀ ਰਾਜੇ ਦੇ ਵਿੱਚ ਬਾਕੀੜਾ 800 ਰੁਪਏ ਮੱਧ ਵਰਗ ਹੈਗਾ ਉਹ ਕਿੱਥੇ ਜਾਊਗਾ ਮੀਡੀਅਮ ਵਰਗ ਦੇ ਲੋਕ ਉਹ ਕਿੱਥੇ ਜਾਣਗੇ ਮੀਡੀਆ ਵਰਗ ਦੇ ਦੇਖੋ ਮੀਡੀਅਮ ਵਰਗ ਦੀ ਗੱਲ ਕਰ ਰਿਹਾ ਮੈਂ ਮੀਡੀਆ ਵਰਗ ਦੀ ਨਹੀਂ ਗੱਲ ਕਰਦਾ ਬਾਕੀ ਮੀਡੀਆ ਵਰਗ ਜਾਂ ਅਪਰ ਹਾਈ ਕਲਾਸ ਲੋਕ ਲੈ ਰਹੇ ਆ ਜਿਵੇਂ ਜਸਤੇਜ ਨੇ ਵੀ ਕਿਹਾ ਦੋਸ਼ ਲਾਤਾ ਭਾਰਤੀ ਜਨਤਾ ਪਾਰਟੀ ਤੇ ਲਾਤਾ ਕਾਂਗਰਸ ਦੀਆਂ ਸਰਕਾਰਾਂ ਤੇ ਵੀ ਲਾਤਾ ਮਾਫ ਕਰਨਾ ਜਦੋਂ ਵੀ ਕਿਤੇ ਕੋਈ ਟਕਰਾਅ ਜਾਂ ਖਿਲਾਫ ਪੈਦਾ ਹੁੰਦਾ ਕਿਸੇ ਸਿਸਟਮ ਚ ਉਹਦਾ ਸਮਝੌਤਾ ਕਰਨਾ ਹੁੰਦਾ ਤੁਹਾਡੇ ਸਿਸਟਮ ਚ ਆ ਜੇ ਜਸਤੇਜ ਹੁਣ ਮੈਂ ਜਸਤੇਜ ਨੂੰ ਇੱਕ ਗੱਲ ਪੁੱਛਣੀ ਚਾਹੁੰਦਾ ਚਲੋ ਅੱਜ ਕੇਂਦਰ ਦੀ ਸਰਕਾਰ ਜ਼ਿਮੀਦਾਰਾਂ ਦੇ MSP ਚ ਵਾਧਾ ਕਰ ਰਹੀ ਹੈ 200 ਰੁਪਏ ਪ੍ਰਤੀ ਕੁਇੰਟਲ ਜਾਂ 8 ਹੋਰ ਫਸਲਾਂ ਦਾ ਰੇਟ ਜੋ ਅੱਜ ਤਜਵੀਜ਼ ਕੀਤਾ ਤੁਹਾਡੀ ਦਿੱਲੀ ਦੀ ਸਰਕਾਰ ਉੱਥੇ ਟੋਟਲ 42 ਫਾਰਮਰ ਆ 42 ਕੇਵਲ 42 ਜਿਹੜਾ ਔਨ ਰਿਕਾਰਡ ਤੁਹਾਡੇ ਕੋਲ ਆ ਮਾਫ਼ ਕਰਨਾ ਮੇਰੀ ਗੱਲ ਸੁਣ ਲਓ ਤੁਸੀਂ ਉਹਨਾਂ ਕਿਸਾਨਾਂ ਲਈ ਕੀਤਾ ਤੁਹਾਡੀ ਦਿੱਲੀ ਸਰਕਾਰ ਦੇ ਵਿੱਚ ਕਿਸਾਨਾਂ ਦੀ ਹਾਲਤ ਕੀ ਹੈ ਤੁਸੀਂ ਉਹ ਤਾਂ ਬਿਆਨ ਕਰ ਦਿਓ ਮੈਂ ਇੱਕ ਗੱਲ ਕਹਿਣੀ ਚਾਹੁੰਦਾ ਦੱਸ ਦਿੰਦਾ ਮੈਂ ਇੱਕ ਗੱਲ ਸੁਣ ਮਦਨਦੀਪ ਜੀ ਬੜੇ ਸਿਆਣੇ ਆ ਮੈਂ ਇੱਕ ਬ੍ਰੇਕ ਲਾਉਣਾ ਕੋਈ ਭਾਸ਼ਣ ਹੀ ਸ਼ੁਰੂ ਕਰ ਲਿਆ ਇੱਕ ਗੱਲ ਸੁਣ ਲਓ ਮੈਂ ਸਵਾਲ ਤੁਸੀਂ ਵਾਰ-ਵਾਰ ਕਹਿ ਰਹੇ ਮਾਫ਼ ਕਰ ਦਿਓ ਮਾਫ਼ ਕਰ ਦਿਓ ਮਾਫੀ ਤੁਸੀਂ ਪੰਜਾਬ ਦੇ ਕਿਸਾਨਾਂ ਤੋਂ ਮੰਗੋ ਨਾ ਜਿਨ੍ਹਾਂ ਨੇ ਤੁਹਾਨੂੰ ਵੋਟਾਂ ਪਾਈਆਂ ਸੀ ਜਿਨ੍ਹਾਂ ਤੁਹਾਨੂੰ ਭਾਈਵਾਲ ਬਣਾਇਆ ਉੱਥੇ ਸਵਾਮੀਨਾਥਨ ਕਮਿਸ਼ਨ ਦੀ ਰਿਪੋਰਟ ਲਾਗੂ ਕਰਨ ਤੋਂ ਮੰਗ ਕਰਦੇ ਵਾਰ-ਵਾਰ ਤੁਸੀਂ ਮਾਫੀ ਉਹਨਾਂ ਤੋਂ ਮੰਗੋ ਕਿਉਂ ਨਹੀਂ ਮੰਗਦੇ ਮਾਫੀ ਉਹਨਾਂ ਤੋਂ ਜੇ ਅਸੀਂ ਨਹੀਂ ਕਰਾ ਸਕਦੇ ਸਵਾਮੀਨਾਥਨ ਕਮਿਸ਼ਨ ਦੀ ਰਿਪੋਰਟ ਲਾਗੂ ਕਦੇ ਡਾਕਾ ਨਹੀਂ ਮਾਰਿਆ ਕਿਸਾਨਾਂ ਨੂੰ ਕਦੇ ਗੁੰਮਰਾਹ ਨਹੀਂ ਕੀਤਾ ਕਿਸਾਨਾਂ ਦੇ ਹੱਕ ਜਿਵੇਂ ਜਾਂ ਅਕਾਲੀ ਦਲ ਖੜਿਆ ਜੇ ਸਵਾਮੀਨਾਥਨ ਕਮਿਸ਼ਨ ਦੀ ਰਿਪੋਰਟ ਇਸ ਸਾਲ ਵੀ ਲਾਗੂ ਨਹੀਂ ਹੁੰਦੀ 2019 ਤੱਕ ਕੀ ਤੁਸੀਂ ਮਾਫੀ ਮੰਗੋਗੇ ਪੰਜਾਬ ਦੇ ਕਿਸਾਨਾਂ ਤੋਂ ਪੰਜਾਬ ਦੀ ਲਾਗੂ ਹੋਣੀ ਤੁਸੀਂ ਭਰੋਸਾ ਦਾ ਕਰੋ ਭਾਰਤ ਦਾ ਪ੍ਰਧਾਨ ਮੰਤਰੀ ਤੁਹਾਨੂੰ ਕਹਿੰਦਾ ਚਲੋ ਠੀਕ ਹੈ ਇੱਕ ਛੋਟਾ ਬ੍ਰੇਕ ਲੈਣੇ ਬ੍ਰੇਕ ਤੋਂ ਵਾਪਸ ਆ ਕੇ ਕੁਝ ਹੋਰ ਸਵਾਲ ਹੋਣਗੇ ਇਹ ਕਹਿੰਦੇ ਭਰੋਸਾ ਕਰੋ ਸਵਾਲ ਨਾ ਚੁੱਕੋ ਭਰੋਸਾ ਕਰਨਾ ਪੈਣਾ ਕਿਉਂਕਿ ਕੋਸ਼ਿਸ਼ਾਂ ਤਾਂ ਹੋ ਰਹੀਆਂ ਤੇ ਮੋਦੀ ਸਾਹਿਬ ਦੇ ਇਸ ਕਦਮ ਦਾ ਵੈਲਕਮ ਕਰਨਾ ਚਾਹੀਦਾ ਇਹ ਭਾਰਤੀ ਜਨਤਾ ਪਾਰਟੀ ਵੀ ਕਹਿ ਰਹੀ ਹੈ ਤੇ ਉਹਨਾਂ ਦੇ ਸਹਿਯੋਗੀ ਵੀ ਕਹਿ ਰਹੇ ਆ ਪਰ ਕਿੰਨਾ ਵੈਲਕਮ ਕੀਤਾ ਜਾਵੇ ਕਿਉਂਕਿ ਕਿਸਾਨਾਂ ਨੇ ਵੈਲਕਮ ਕਰਨਾ ਅਸੀਂ ਤਾਂ ਕਰਨਾ ਨਹੀਂ ਕਿਉਂਕਿ ਕਿਸਾਨਾਂ ਨੂੰ ਜੇ ਪੁੱਗਦਾ ਹੋਊਗਾ ਤਾਂ ਵੈਲਕਮ ਕਰਨਗੇ ਨਹੀਂ ਤਾਂ ਉਹ ਸੰਘਰਸ਼ ਛੇੜਨ ਲਈ ਤਿਆਰ ਆ ਉਹਨਾਂ ਨੇ ਐਲਾਨ ਕਰ ਰਿਹਾ ਬ੍ਰੇਕ ਤੋਂ ਵਾਪਸ ਆ ਰਿਹਾ 14 ਫਸਲਾਂ ਦੀ MSP 'ਚ ਕੇਂਦਰ ਵੱਲੋਂ ਕੀਤਾ ਵਾਅਦਾ ਕਿਸਾਨੀ ਨੂੰ ਕਿੰਨਾ ਹੁੰਗਾਰਾ ਦੇਵੇਗਾ ਥੇੜੀ ਸਾਹਿਬ ਮੈਨੂੰ ਇੱਕ ਚੀਜ਼ ਸਮਝਾਓ ਤੁਸੀਂ MSP ਜੋ ਤੈਅ ਹੋ ਜਾਂਦੀ ਉਹਨੂੰ ਘੱਟੋ ਘੱਟ ਸਮਰਥਨ ਮੁੱਲ ਕਹਿੰਦੇ ਆ ਉਹੀ ਕੀਮਤ ਤੁਹਾਨੂੰ ਜਦੋਂ ਤੁਸੀਂ ਮੰਡੀ 'ਚ ਜਾਂਦੇ ਹੋ ਤੁਹਾਨੂੰ ਕੀਮਤ ਐਜ਼ ਇਟ ਇਜ਼ ਮਿਲ ਜਾਂਦੀ ਸਿਰਫ ਝੋਨੇ ਔਰ ਕਣਕ ਤੋਂ ਬਿਨਾਂ ਕਦੇ ਕਿਸੇ ਫਸਲ ਦੀ ਕੀਮਤ ਆ ਜਿਹੜੀ ਉਹ ਸਹੀ ਨਹੀਂ ਮਿਲੀ ਅੱਜ ਦੀ ਉਹ ਮਿਸਾਲ ਮੈਂ ਪਹਿਲਾਂ ਵੀ ਕਹਿ ਚੁੱਕਿਆ ਆ ਰਾਜਪੁਰੇ ਦੇ ਮੰਡੀ ਦੇ ਵਿੱਚ ਆਪਣੀ ਡਿਬੇਟ ਸ਼ੁਰੂ ਹੋਣ ਤੋਂ ਪਹਿਲਾਂ ਮੇਰੀ ਗੱਲ ਹੋਈ ਹੈ 800 ਰੁਪਏ ਨੂੰ ਮੱਕੀ ਵਿਕੀ ਹੈ ਮੱਕੀ ਦਾ ਮੁੱਲ ਹੈਗਾ ਵੀ 1400 ਕੁਛ ਰੁਪਇਆ ਮੇਰੀ ਪੂਰਾ ਦੱਸਦਾ ਕਿੰਨਾ 1425 ਰੁਪਏ 1425 ਤੇ ਹੁਣ ਕਰਦਾ ਜੀ 1700 ਰੁਪਇਆ ਪਰ ਉਹ 17 ਦਾ ਕਰੇ ਦਿੱਤਾ ਜੀ ਮੱਕੀ ਦਾ 800 ਰੁਪਏ ਵਿਕ ਰਹੀ ਹੈ ਇਹ ਸਰਕਾਰਾਂ ਸਿਰ ਨਾਲ ਵੀ ਘੱਟ 800 ਰੁਪਏ ਨੂੰ ਅੱਜ ਮੱਕੀ ਵਿਕੀ ਆ ਜਿਹੜੀ ਕਿ ਰਾਜਪੁਰੇ ਤੋਂ ਤੁਸੀਂ ਹੁਣੇ ਉੱਥੋਂ ਰੇਟ ਮੰਗਾ ਸਕਦੇ ਹੋ ਤੇ ਮੈਂ ਤਾਂ ਇੱਕ ਇਹ ਗੱਲ ਕਰਨਾ ਚਾਹੁੰਦਾ ਵੀ ਸਰਕਾਰ ਚਾਹੇ ਕੋਈ ਵੀ ਆ ਜਾਵੇ ਕਿਸਾਨ ਨੂੰ ਤਾਂ ਇਹਨਾਂ ਨੇ ਸਿਰਫ ਵੋਟ ਬੈਂਕ ਹੀ ਸਮਝਿਆ ਬੁੱਧੂ ਬਣਾਇਆ ਗਿਆ ਚਾਹੇ NDA ਆ ਗਈ ਚਾਹੇ UPA ਆ ਗਈ ਸਾਡੇ ਵਾਸਤੇ ਕੋਈ ਫਾਇਦਾ ਨਹੀਂ ਹੋਇਆ ਹੁਣ ਜੇ 200 ਰੁਪਏ ਦਾ ਫਾਇਦਾ ਹੋਇਆ ਕੀਤਾ ਵਾਧਾ ਤਾਂ ਉਹਨੂੰ ਅਸੀਂ ਕਿਸ ਤਰ੍ਹਾਂ ਡਾਕਟਰ ਸਵਾਮੀਨਾਥਨ ਰਿਪੋਰਟ ਦੇ ਹਿਸਾਬ ਨਾਲ ਮੰਨ ਲਈਏ ਕਿਉਂਕਿ ਸਾਡਾ ਖਰਚੇ ਇਹਦਾ 2 ਸਾਲਾਂ 'ਚ ਇੰਨਾ ਵੱਧ ਗਿਆ ਕਿੱਥੇ ਡੀਜ਼ਲ 45 ਰੁਪਏ ਵਿਕਦਾ 1,66,000 ਰੁਪਏ 23 ਰੁਪਏ ਲੀਟਰ ਵੱਧ ਚੁੱਕਿਆ ਇਸੇ ਤਰ੍ਹਾਂ ਹੋਰ ਚੀਜ਼ਾਂ ਟਾਈਮ ਨਹੀਂ ਮੈਂ ਸਾਰੀਆਂ ਚੀਜ਼ਾਂ ਨੂੰ ਗਿਣ ਦਵਾਂ ਜਿੰਨਾ ਵਾਧਾ ਖੇਤੀ ਦੇ ਵਿੱਚ ਖਰਚ ਆਪਣਾ ਵੱਧ ਚੁੱਕਿਆ ਦਵਾਈਆਂ ਤੋਂ ਲੈ ਕੇ ਖਾਦਾਂ ਤੋਂ ਲੈ ਕੇ ਸਭ ਕਾਸੇ ਤੋਂ ਲੈ ਕੇ ਤਾਂ ਉਹ ਖਰਚੇ ਆ ਸਾਡਾ ਜਿਹੜਾ ਪੂਰਾ ਹੁੰਦਾ ਸਾਨੂੰ ਡਾਕਟਰ ਸਵਾਮੀਨਾਥਨ ਦੀ ਰਿਪੋਰਟ ਕਿੱਥੇ ਗਈ ਜਿਹੜਾ ਇਹ 1200-1100 ਤੁਸੀਂ ਦੱਸਿਆ ਹੈ ਵੀ ਇਹਨਾਂ ਨੇ ਖਰਚ ਗਿਣਿਆ ਇਹ ਮੈਂ ਪੁੱਛਣਾ ਚਾਹੁੰਦਾ ਵੀ ਇਹ ਖਰਚ ਦੀ ਕਿਹਨੇ ਬਣਾਇਆ ਇਹ ਰਿਪੋਰਟ ਕਿਹੜੇ ਸੰਨ ਦੀ ਹੈ ਇਹ ਕਦ ਲਿਆ ਗਿਆ ਇਹ ਤਾਂ ਇੱਥੇ ਵੀ ਹਾਲਤ ਇਹ ਵੀ ਹੋਈ ਹੈ ਵੀ 2016 ਦੇ ਵਿੱਚ ਜਿਹੜਾ ਖਰਚਾ ਉਹ ਆਪਣਾ 1620 ਰੁਪਏ ਬਣਾਇਆ ਗਿਆ ਸੀ 14 ਦੇ ਵਿੱਚ 16 ਦੇ ਵਿੱਚ ਉਸੇ ਖਰਚ ਨੂੰ 1258 ਰੁਪਈਆ ਲੈ ਤਾ ਕਣਕ ਦਾ ਉਹ ਦੱਸੋ ਮਹਿੰਗਾਈ ਵੱਧਦੀ ਹੈ ਕਿ ਮਹਿੰਗਾਈ ਪਿੱਛੇ ਨੂੰ ਆ ਰਹੀ ਹੈ ਇਹ ਤਾਂ ਮਰਜ਼ੀਆਂ ਆਪਣੀਆਂ ਆਪਣੇ ਬਾਹਰਾਂ ਤੋਂ ਜੋ ਮਰਜ਼ੀ ਰਿਪੋਰਟ ਲੈ ਲਓ ਹੁਣ ਜਿਹੜੀ ਤੁਸੀਂ ਗੱਲ ਕਹੀ ਹੈ ਕਿ ਮੋਦੀ ਜੀ ਨੂੰ ਕਿਸਾਨ ਮਿਲਾਏ ਮੈਂ ਤੁਹਾਨੂੰ ਪਹਿਲਾਂ ਵੀ ਪੁੱਛਿਆ ਮੈਨੂੰ ਦੱਸਿਆ ਤਾਂ ਜਾਵੇ ਵੀ ਕਿਹੜਾ ਕਿਸਾਨ ਗਿਆ ਉਹਨਾਂ ਨੇ ਕਿਹੜੇ ਲੋਕ ਖੇਤੀ ਕਰਨ ਵਾਲੇ ਸੀ ਕਿਹੜੇ ਕਿਸਾਨ ਕਿਸਾਨ ਮੋਰਚੇ ਤਾਂ ਸਿਆਸੀ ਪਾਰਟੀਆਂ ਦੇ ਕਿਸਾਨ ਮੋਰਚੇ ਗਏ ਨਾ ਕਿ ਉੱਥੇ ਕਿਸਾਨ ਲੈ ਕੇ ਗਏ ਜਿਸ ਤਰ੍ਹਾਂ ਹੁਣ ਆਪਣੇ ਵਿੱਚ ਆਕੜੀ ਸਾਹਿਬ ਬੈਠੇ ਹੈ ਇਹ ਪਾਰਟੀ ਦੀ ਗੱਲ ਕਰਨੇ ਨੂੰ ਮਜਬੂਰ ਆ ਆਪ ਕਿਸਾਨ ਹੈ ਜੇ ਆਪਣੇ ਮਨ ਤੋਂ ਡਿਬੇਟ ਤੋਂ ਬਾਅਦ ਮੈਨੂੰ ਦੱਸ ਦੇਣ ਵੀ ਇਹਨਾਂ ਨੂੰ ਕੀ ਬਚਿਆ ਇਹਨਾਂ ਦਾ KP ਜੀ ਠੀਕ ਹੁਣ ਇਹ ਆਪ ਚੰਗੇ ਕਿਸਾਨ ਹੈ ਖੇਤੀ ਕਰਨ ਦਾ ਸਵਾਲ ਖੇਡੀ
ਜੀ ਆ ਪੁੱਛ ਰਹੇ ਨੇ ਕਿ ਕਿਹੜੇ ਕਿਸਾਨ ਮੋਦੀ ਜੀ ਨੂੰ ਮਿਲਣ ਗਏ ਸੀ ਔਰ ਮੇਰੇ ਤੇ ਇਹ ਆਕਸ਼ੇਪ ਪਹਿਲੇ ਵੀ ਹੋ ਚੁੱਕਿਆ ਕਿ ਉੱਥੇ ਜਿਹੜੇ ਨਾ ਤੁਹਾਡੇ ਬੀਜੇਪੀ ਦੇ ਸਾਰੇ ਕੇ ਸਾਰੇ ਕਿਸਾਨ ਚਲੇ ਗਏ ਸੀ। ਮੈਂ ਕਹਿਣਾ ਚਾਹੁੰਦਾ ਹਾਂ ਕਿ ਉਹ 5 ਸਟੇਟਾਂ ਦੇ ਕਿਸਾਨਾਂ ਵਿੱਚ ਇੱਕ ਪੰਜਾਬ ਸੀ, ਇੱਕ ਬੈਂਗਲੋਰ ਦਾ ਕਿਸਾਨ ਸੀ, ਉੱਥੇ ਸਾਡੀ ਸਰਕਾਰ ਨਹੀਂ ਹੈ ਜੋ ਉੱਥੇ ਗਏ ਸੀ ਔਰ ਉਦੋਂ ਮੋਦੀ ਜੀ ਨੇ ਗਲਤ ਕੀ ਕੀਤਾ? ਮੇਰੀ ਬੇਇੱਜ਼ਤੀ ਹੈ ਤੁਹਾਡੇ ਸਮਰਥਨ ਦਾ ਹੈ ਇਹ ਵਿੱਚ, ਮੇਰੀ ਗੱਲ ਤਾਂ ਸੁਣੋ। ਮੋਦੀ ਜੀ ਨੇ ਉੱਥੇ ਗਲਤ ਕੀ ਕਿਹਾ? ਉਹਨੇ ਕਿਹਾ ਭਾਈਓ ਜਿਹੜੀ ਖੇਤੀ ਜੇ ਲਾਗਤ ਕੰਮ ਕਰੋ ਤੁਸੀਂ, ਜਿਹੜੀ ਔਰਗੈਨਿਕ ਜਿਹੜੀ ਖਾਦ ਹੈ, ਸੁਣੋ ਸੁਣੋ ਯਾਰ ਮਾਫ ਕਰਨ ਦੀ ਮਤ ਕਰੋ, ਗੰਨੇ ਕਿਸਾਨ ਦੀ ਗੱਲ ਸੀ ਉੱਥੇ 10% ਇਥਨੋਲ ਨੂੰ 10% ਮੁੱਲ ਸੀ ਇਥਨੋਲ ਬਣਾ ਪੈਟਰੋਲ ਬਣਾਉਣ ਵਾਸਤੇ, ਕਿਹਨੇ ਸੋਚਿਆ? ਮੋਦੀ ਜੀ ਨੇ ਉੱਥੇ ਸਿਰਫ ਕੋਈ ਉਹਨਾਂ ਨੇ ਇਹੀ ਬਾਤ ਕੀਤੀ ਸੋਚਿਆ ਵੈਲਫੇਅਰ ਦੀ ਬਾਤ ਕੀ, ਉਹ ਤਾਂ ਹੱਸੋਗੇ ਕਿਉਂਕਿ ਤੁਸੀਂ ਤੁਹਾਡੀ ਜਿਹੜੀ ਫਰਸਟੇਸ਼ਨ ਹੈ ਆਪ ਵਾਲੋ ਕੁਝ। ਡਾਕਟਰ ਅਮਰ ਸਿੰਘ ਇੱਕ ਸਵਾਲ ਜਿਹੜਾ ਮੈਂ ਪੁੱਛਿਆ ਸੀਗਾ ਡਾਕਟਰ ਅਮਰ ਸਿੰਘ, ਮੈਨੂੰ ਉਹਦਾ ਜਵਾਬ ਦਿਓ, ਇਹ MSP ਜੋ ਤੈਅ ਹੋ ਜਾਂਦੀ ਹੈ ਮੰਡੀ ਵਿੱਚ ਇਹਨਾਂ ਨੂੰ ਉਹ ਰੇਟ ਕਿਉਂ ਨਹੀਂ ਮਿਲਦਾ? ਹੁਣ ਕਹਿੰਦੇ 1700 ਜੇ ਮੱਕੀ ਦਾ ਭਾਅ ਕਰਤਾ ਤੇ ਕਹਿੰਦੇ ਮਿਲੂਗਾ 800 ਹੀ ਸਾਨੂੰ ਜਾਂ 900 ਮਿਲੂਗਾ। ਮੈਂ ਦੋ ਗੱਲਾਂ ਤੇ ਆਉਣਾ ਚਾਹੁੰਦਾ ਇਹਦੇ ਤੇ ਵੀ ਕਿਉਂ ਨਹੀਂ ਮਿਲਦਾ। ਦੇਖੋ ਇਦੋਂ ਵੀ ਇੱਕ ਲਾਰਜਰ ਇਸ਼ੂ ਆ, ਕਿਸਾਨ ਜਥੇਬੰਦੀਆਂ ਦੇ ਲੋਕ ਨੇ, ਕਿਸਾਨ ਨੇ ਜ਼ਿਆਦਾ ਗੱਲ ਸਮਝਦੇ ਆ, ਮਦਨ ਜੀ ਸਮਝਦੇ ਆ। ਐਕਚੁਅਲੀ ਜਿੰਨੀ ਪ੍ਰੋਡਕਸ਼ਨ ਆ, ਜਿੰਨੀ ਆਪਣੀ ਉਪਜ ਆ, ਠੀਕ ਹੈ, ਉਹਦਾ ਦੇਖੋ ਕਿੰਨੇ ਪਰਸੈਂਟੇਜ ਪ੍ਰੋਕਿਓਰਮੈਂਟ ਗੌਰਮੈਂਟ ਕਰਦੀ ਹੈ। ਤੁਸੀਂ ਬੈਸਟ ਪ੍ਰੋਕਿਓਰਮੈਂਟ 2 ਫਸਲਾਂ ਦੀ ਹੁੰਦੀ ਆ, ਪੈਡੀ ਦੀ ਔਰ ਵੀਟ ਦੀ, ਠੀਕ ਹੈ ਜੀ। ਉਹਦੀ ਵੀ ਕੋਈ 25-30% ਹੁੰਦੀ ਹੈ ਜੇ ਸਾਰੇ ਕੰਟਰੀ ਦੀ ਪ੍ਰੋਡਕਸ਼ਨ ਦੇਖ ਲਈਏ, ਕਿੰਨੀ ਔਰ ਕਿਸੇ ਸਾਲ ਕਿਤੇ 30-32 ਆਧਾਰ ਪੰਜਾਬ ਨੂੰ ਬਣਾ ਕੇ ਗੱਲ ਨਾ ਕਰੋ, ਆਪਾਂ ਇੱਕ ਇਹਨਾਂ ਨੇ ਵੀ ਪੰਜਾਬ ਨੂੰ ਬਣਾਇਆ, ਤੁਸੀਂ ਪੰਜਾਬ ਨਹੀਂ 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 ਮੈਂ ਨੈਸ਼ਨਲ ਕਰ ਰਿਹਾ, 25-30% ਜਦੋਂ ਮੈਂ ਕਹਿ ਰਿਹਾ ਨੈਸ਼ਨਲ ਕਹਿ ਰਿਹਾ, ਪੰਜਾਬ 'ਚ ਤਾਂ 80-85% ਪ੍ਰੋਡਕਸ਼ਨ ਦੀ ਪ੍ਰੋਕਿਓਰਮੈਂਟ ਹੋ ਜਾਂਦੀ ਆ, ਇੱਥੇ ਤਾਂ ਆਪਣਾ ਤਾਂ ਆਈਡੀਅਲ ਸਿਚੁਏਸ਼ਨ ਆ। ਬਲਕਿ ਪੰਜਾਬ ਦੀ ਪ੍ਰੋਕਿਓਰਮੈਂਟ ਅਗਰ ਦੇਖੀਏ ਤਾਂ ਆਈਡੀਅਲ ਹੈਗੀ ਆ, ਇੱਥੇ ਮੰਡੀ ਦਾ ਅਰੇਂਜਮੈਂਟ, ਇੱਥੇ ਪੰਜਾਬ ਗੌਰਮੈਂਟ ਦੀ ਏਜੰਸੀਆਂ ਦਾ, ਇੱਥੇ ਅਫਸਰਾਂ ਦਾ, ਇਹ ਤਾਂ ਸਗੋਂ ਆਈਡੀਅਲ ਹੈਗਾ, ਹਿੰਦੁਸਤਾਨ ਆਈਡੀਅਲ ਨਹੀਂ ਹੈਗਾ। ਐਕਚੁਅਲੀ ਮੇਜਰ ਇਸ਼ੂ ਹੈਗਾ ਕਿ ਇੱਕ ਤਾਂ ਆਪਣੀ ਜਿੰਨੀ ਪ੍ਰੋਡਕਸ਼ਨ ਆ ਉਹਦਾ ਬਹੁਤ ਘੱਟ ਪਰਸੈਂਟੇਜ ਗੌਰਮੈਂਟ ਏਜੰਸੀਆਂ ਪ੍ਰੋਕਿਓਰ ਕਰਦੀਆਂ ਨੇ, ਜਿਹਦੇ 'ਚ ਫਿਰ ਕਿਸਾਨ ਨੂੰ ਮਜਬੂਰੀ 'ਚ ਫਿਰ ਮਿਡਲ ਮੈਨ ਨੂੰ ਕਹਿ ਲਓ ਜਾਂ ਜਿਹਨੂੰ ਮਰਜ਼ੀ ਕਹਿ ਲਓ, ਉਹਨੂੰ ਫਿਰ ਸਸਤੇ 'ਚ ਵੇਚਣਾ ਪੈਂਦਾ। ਉਹ ਇੱਕ ਬਹੁਤ ਮੇਜਰ ਇਸ਼ੂ ਆ ਜਿਹਦਾ ਆਪਾਂ ਨੂੰ ਸਲਿਊਸ਼ਨ ਕਰਨਾ ਬਹੁਤ ਜ਼ਰੂਰੀ। ਦਲਾਲੀ ਖਤਮ ਕਰਨੀ ਪਊਗੀ, ਦਲਾਲੀ ਹਰਿਆਣਾ ਨੇ ਸੈਕਿੰਡ ਕੀ ਆ, ਸੈਕਿੰਡ ਇਸ਼ੂ ਕੀ ਆ ਇਹਦੇ ਨਾਲ ਜਿਹੜਾ ਜੁੜਿਆ ਹੈਗਾ। ਦੇਖੋ ਹੁਣ ਆਪਾਂ ਅਗਰ ਕਣਕ ਔਰ ਆਪਣਾ ਪੈਡੀ ਵਾਲਾ ਲੈ ਲਈਏ, ਇਹਦੇ 'ਚ ਕੀ ਹੋਇਆ ਕਿ ਗੌਰਮੈਂਟ ਆਫ ਇੰਡੀਆ ਨੇ ਦੇਖੋ 1964-65 'ਚ ਇੱਕ ਸੈਂਟਰਲ ਏਜੰਸੀ ਪੈਦਾ ਕਰਦੀ FCI। ਅੱਜ ਵੀ ਜੇ FCI ਨਾ ਹੋਵੇ ਤਾਂ ਇਹ ਦੋ ਫਸਲਾਂ ਵੀ ਨਾ ਹੋਣ, ਲੇਕਿਨ ਨਾ ਕਿਸੇ ਸਟੇਟ ਗੌਰਮੈਂਟ ਨੇ, ਨਾ ਗੌਰਮੈਂਟ ਔਰ ਕਿਸੇ ਸਟੇਟ ਗੌਰਮੈਂਟ 'ਚ ਉਨੀ ਤਾਕਤ ਨਹੀਂ ਹੈਗੀ। 125,000 ਕਰੋੜ ਹਰ ਸਾਲ ਇਹ ਫੂਡ ਸਬਸਿਡੀ ਹੁੰਦੀ ਹੈਗੀ ਆ, ਫੂਡ ਸਬਸਿਡੀ ਕਹਿ ਲਓ ਜਾਂ ਪ੍ਰੋਕਿਓਰਮੈਂਟ ਦਾ ਖਰਚਾ ਕਹਿ ਲਓ ਸਾਰਾ ਕਹਿ ਲਓ, ਅਤੇ ਉਹ ਕੀ ਹੋਇਆ ਕਿ ਬਾਕੀ ਫਸਲਾਂ ਦਾ ਕੋਈ ਅਰੇਂਜਮੈਂਟ ਹੀ ਨਹੀਂ ਆ, ਅਰੇਂਜਮੈਂਟ ਕਿੱਥੋਂ ਹੋਣੀ ਆ। ਜਸਤੇ ਸਿੰਘ ਦਲਾਲੀ ਕਿਵੇਂ ਖਤਮ ਹੋਊਗੀ? ਦੇਖੋ ਪਹਿਲਾਂ ਤਾਂ ਮੈਂ ਜਿਹੜੀ ਗੱਲ ਤੁਸੀਂ ਮੈਨੂੰ ਪੁੱਛ ਰਹੇ ਹੋ ਉਹਦਾ ਮੇਰੇ ਆ ਵੀ ਜਾਏਗਾ ਜਿਹੜੇ ਮੈਂ ਸਟੇਟਮੈਂਟ ਦੇਣ ਲੱਗਾ, ਕਿਉਂਕਿ ਸਮਰੀਆ ਜੀ ਅਤੇ ਇਹਨਾਂ ਨੇ ਆਕੜੀ ਸਾਹਿਬ ਨੇ ਮੈਨੂੰ ਟਾਰਗੇਟ ਕੀਤਾ, ਉਹਦਾ ਜਵਾਬ ਦੇਣਾ ਬੜਾ ਜ਼ਰੂਰੀ ਹੈ। ਆਕੜੀ ਸਾਹਿਬ ਨੇ ਗੱਲ ਕੀਤੀ ਦਿੱਲੀ ਦੇ ਫਾਰਮਰਸ ਦੀ, ਦੇਖੋ ਯੈਸ ਉੱਥੇ ਘੱਟ ਨੇ, ਉੱਥੇ ਕਿਸਾਨੀ ਘੱਟ ਹੈ, ਬਟ ਉੱਥੇ ਕੋਈ ਇਹੋ ਜਿਹੀ ਸੁਸਾਈਡਲ ਪ੍ਰੋਬਲਮ ਕੋਈ ਨਹੀਂ ਹੈ। ਐਂਡ ਦਲਾਲੀ ਇਹ ਕਹਿ ਰਹੇ ਨਾ ਬਿਜਲੀ, ਇੱਕ ਮਿੰਟ, ਪਹਿਲੀ ਗੱਲ ਉੱਥੇ ਕਿਸਾਨਾਂ ਨੂੰ 40,000 ਹੈਕਟੇਅਰ ਕੰਪਨਸੇਸ਼ਨ ਵੀ ਦਿੰਦੇ ਆ, ਠੀਕ ਹੈ। ਦੂਜੀ ਗੱਲ ਇਹ ਜਿਹੜਾ ਰਾਈਟ ਆਫ ਦਾ ਰੌਲਾ ਪਾ ਰਹੇ ਨਾ, ਉਹ ਬੜਾ ਜ਼ਰੂਰੀ ਹੈ ਸਮਝਣਾ। ਦੇਖੋ ਇੱਕ ਜਿਹੜਾ ਖਾਤਾ ਹੁੰਦਾ ਨਾ ਬੈਂਕ ਕੋਲ, ਇੱਕ ਹੁੰਦਾ ਲੋਨ ਵੇਵ, ਇੱਕ ਹੁੰਦਾ ਰਾਈਟ ਆਫ। ਜੇ ਤੁਸੀਂ ਰਾਈਟ ਆਫ ਦੇ ਵਿੱਚ ਪਾ ਦਿਓ ਨਾ ਤਾਂ ਬੈਡ ਡੈਟ ਦੇ ਵਿੱਚ ਨਹੀਂ ਆਉਂਦੇ, ਜੇ ਬੈਡ ਡੈਟ ਦੇ ਵਿੱਚ ਨਹੀਂ ਆਉਂਦੇ ਤਾਂ ਬੈਂਕ ਜਿਹੜੇ ਕੋਰਸਿਵ ਮੈਥਡ ਯੂਜ਼ ਨਹੀਂ ਕਰ ਸਕਦੇ, ਠੀਕ ਹੈ। ਅਸੀਂ ਤਾਂ ਕਹਿੰਦੇ ਜੇ ਤੁਸੀਂ ਰਾਈਟ ਆਫ ਉਹਨਾਂ ਦਾ ਕੀਤਾ ਕਰੋਨੀ ਕੈਪੀਟਲਿਸਟ ਦਾ, ਕਿਸਾਨਾਂ ਦਾ ਕਰ ਦਿਓ, ਠੀਕ ਹੈ ਨਾ। ਐਂਡ ਬਿਜਲੀ ਪਾਣੀ ਜੇ ਫ੍ਰੀ, ਹੁਣ ਦਲਾਲੀ ਵਾਲੀ ਗੱਲ ਤਾਂ ਤੁਹਾਡਾ ਜਵਾਬ ਆ ਰਿਹਾ, ਬਿਜਲੀ ਪਾਣੀ ਜੇ ਫ੍ਰੀ ਕੀਤਾ ਹੈ ਨਾ, ਉਹਦੇ ਬਾਵਜੂਦ ਉੱਥੇ ਜਿਹੜਾ ਬਜਟ ਹੈ ਉਹ ਡੈਫੀਸ਼ਿਟ ਨਹੀਂ ਹੈ, ਜ਼ਿਆਦਾ ਹੈ, ਮਤਲਬ ਹਜੇ ਵੀ ਪੈਸੇ ਸਰਕਾਰ ਕੋਲ ਪਏ ਖਰਚਣ ਵਾਸਤੇ ਉੱਥੇ। ਬਸ ਇੰਨਾ ਹੈ, ਉੱਥੇ ਸੁਣ ਲਓ ਪਲੀਜ਼, ਐਮ ਵਿੱਚ ਨਾ ਬੋਲੋ ਸਮਰੀਆ ਜੀ, ਠੀਕ ਹੈ। ਉੱਥੇ ਕੀ ਹੈ, ਜੇ ਦਲਾਲੀ ਲੈ ਲੈਂਦੇ, ਇਹ 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 ਕੇਜਰੀਵਾਲ ਦੀ ਆਪਦੀ ਸਟੇਟਮੈਂਟ ਹੈ ਜਨਵਰੀ ਦੀ, ਕਹਿੰਦਾ ਹੀ ਸੈਡ ਕਿ ਜੇ ਮੈਂ 50 ਪੈਸੇ ਅੱਜ ਵਧਾ ਦਾ ਨਾ ਯੂਨਿਟ ਦੇ,
दिल्ली किसी नूं कोई प्रॉब्लम नहीं होएगी क्योंकि इन्नी सस्ती बिजली करती है पर कहते शाम 50 करोड़ रुपए का बैग आ जाएगा बट वो नहीं कर रहा वो नहीं कर रहा मैं मंडियां ते किसानां दे विचाले दे नहीं मैं इन्हां दे जवाब दे रहा सवरिया जी दा तुसीं उन्हां दा जवाब क्यों दई रहे हो दोष लगा रहे हो ना बिजली पानी जे दे रहे इट इज नॉट अ लॉ वो बकरी डिपेंड कर लेंगे नहीं ले रहे थोड़े वांगू ये नहीं हैगा कि खर्चा रुक जा जेड़ा राइट पार्ट सरकारी सा एक मिनट सस्पेंशन खाते दे पैसे दे दो इधर इधर वाले लोग किसी नु कोई समझ नहीं आ केपी जी मदद नहीं मदद एक तो लागत मोल घटाया जाऊगा ਤੇ ਜਿਹੜਾ ਮਹਿੰਗਾਈ ਵਾਲਾ ਜਿਹੜਾ ਡਰ ਹੈ ਜਿਹੜਾ ਦਿਖਾਇਆ ਜਾਂਦਾ ਉਸ ਨੂੰ ਕੋਈ ਪਾਸੇ ਕੀਤਾ ਜਾਊਗਾ ਦੂਜਾ ਸਵਾਲ ਹੈ ਮੇਰਾ ਦਲਾਲੀ ਕਿਵੇਂ ਖਤਮ ਦੇਖੋ ਦਲਾਲੀ ਤਾਂ ਖਤਮ ਹੋ ਸਕਦੀ ਹੈ ਜੇ ਸਰਕਾਰ ਸਾਰੀ ਫਸਲ ਜਿੰਨੀ ਮੰਡੀ ਵਿੱਚ ਆਉਂਦੀ ਹੈ ਉਹਨੂੰ ਖਰੀਦਣ ਦਾ ਮੁਕੰਮਲ ਪ੍ਰਬੰਧ ਕਰੇ ਤਾਂ ਦਲਾਲੀ ਖਤਮ ਹੋ ਸਕਦੀ ਹੈ ਇਹ ਕਹਿੰਦੇ ਜੀ ਪੰਜਾਬ ਜਿਹੜਾ ਹੈਗਾ ਉਹ ਨੰਬਰ 1 ਮੰਨਿਆ ਜਾਂਦਾ ਪਰ ਪੰਜਾਬ ਦੇ ਵਿੱਚ ਜਿਹੜੇ ਆੜਤੀ ਹੈ ਆੜਤੀਆਂ ਦੀ ਗਿਣਤੀ ਪਿਛਲੇ ਦਿਨਾਂ ਦੌਰਾਨ ਫਿਰ ਵਧੀ ਹੈ ਜੇ ਫਸਲ ਮੰਨ ਲਓ ਵੀ ਜੇ ਸਰਕਾਰ ਪੂਰੀ ਫਸਲ ਖਰੀਦ ਲੈਂਦੀ ਹੈ ਤਾਂ ਪਰ ਆੜਤੀਆਂ ਤੋਂ ਕੰਮ ਵਿੱਚ ਰਹਿ ਨਹੀਂ ਆਉਂਦਾ ਪਰ ਪਿਛਲੇ ਦਿਨਾਂ ਦੇ ਦੌਰਾਨ ਕਾਂਗਰਸ ਦੀ ਸਰਕਾਰ ਵੀ ਆੜਤੀਆਂ ਅੱਗੇ ਝੁਕੀ ਹੈ ਪੰਜਾਬ 'ਚ ਝੁਕਣਾ ਪਿਆ ਆ ਕਿਉਂਕਿ ਉਹਨਾਂ ਨੂੰ ਪਤਾ ਹੈ ਕਿ ਆੜਤੀਆਂ ਨੇ ਵੀ ਫਸਲ ਜਿਹੜੀ ਹੈਗੀ ਮੰਡੀਆਂ 'ਚ ਖਰੀਦਣੀ ਹੈ ਜਿੰਨੀ ਦੇਰ ਤੱਕ ਸਰਕਾਰੀ ਏਜੰਸੀਆਂ ਮੰਡੀਆਂ 'ਚੋਂ ਪੂਰੀ ਫਸਲ ਮੁਕੰਮਲ ਫਸਲ ਨਹੀਂ ਖਰੀਦਦੀਆਂ ਉਨੀ ਦੇਰ ਤੱਕ ਜਿਹੜੇ ਆੜਤੀ ਹੈ ਜਿਹੜੇ ਦਲਾਲ ਆ ਉਹ ਵਿੱਚ ਰਹਿਣਗੇ ਤੇ ਕਿਸਾਨਾਂ ਦੀ ਲੁੱਟ ਹੁੰਦੀ ਰਹਿਣੀ ਜਿਵੇਂ ਇਹ ਦੱਸ ਰਹੇ ਆ ਵੀ 800 ਰੁਪਏ ਇੱਕ ਮਿੰਟ ਇਹਦੀ ਗੱਲ ਮੁਕੰਮਲ ਹੋ ਲੈਣ ਦਿਓ ਛੱਤੀਸਗੜ੍ਹ ਦੇ ਪਿਛਲੀ ਵਾਰ ਝੋਨਾ ਜਿਹੜਾ ਹੈਗਾ ਉਹ ਹਰਿਆਣੇ 'ਚ ਇਸ ਕਰਕੇ ਵੇਚਿਆ ਗਿਆ ਕਿ ਉੱਥੇ ਪੂਰੀ ਸਰਕਾਰ ਦੀ ਏਜੰਸੀਆਂ ਨੇ ਝੋਨਾ ਨਹੀਂ ਖਰੀਦਿਆ ਉਹਨਾਂ ਨੂੰ ਉਹ ਮੁੱਲ ਨਹੀਂ ਦਿੱਤਾ ਦੂਜੀ ਗੱਲ ਜਿਹੜੀ ਤੁਸੀਂ ਕਹਿੰਦੇ ਵੀ ਲਾਗਤ ਮੁੱਲ ਕਿਵੇਂ ਘਟੇਗਾ ਲਾਗਤ ਮੁੱਲ ਜਿਵੇਂ ਸਲਾਰੀਆ ਸਾਹਿਬ ਕਹਿ ਰਹੇ ਆ ਉਹ ਕਿਸਾਨਾਂ ਨੇ ਨਹੀਂ ਘਟਾਉਣਾ ਉਹ ਸਰਕਾਰ ਨੇ ਪ੍ਰਬੰਧ ਕਰਨਾ ਆ ਵੀ ਉਹਨਾਂ ਨੂੰ ਬੇਸ਼ੱਕ ਸਬਸਿਡੀ ਦੇ ਰੂਪ 'ਚ ਦੇਣ ਉਹ ਠੀਕ ਹੈ ਅਤੇ ਚਾਹੇ ਉਹਨਾਂ ਨੂੰ ਮਤਲਬ ਜਿਹੜੇ ਜਿਹੜੇ ਲਾਗਤ ਜਿਵੇਂ ਕਿ ਦਵਾਈਆਂ ਆ ਜਿਵੇਂ ਬੀਜ ਆ ਜਾਂ ਪਾਣੀ ਦਾ ਪ੍ਰਬੰਧ ਜਿਹੜਾ ਹੈਗਾ ਉਹ ਡੀਜ਼ਲ ਆ ਉਹ ਪ੍ਰਬੰਧ ਕਰਕੇ ਦੇਵੇ ਸਰਕਾਰ ਠੀਕ ਹੈ ਨਾ ਜਦੋਂ ਤੱਕ ਸਰਕਾਰ ਕਿਸਾਨਾਂ ਨੂੰ ਸਬਸਿਡੀ ਦੇ ਰੂਪ ਵਿੱਚ ਇਹ ਚੀਜ਼ਾਂ ਨਹੀਂ ਮੁਹੱਈਆ ਕਰਵਾਉਂਦੀ ਉਨੀ ਦੇਰ ਤੱਕ ਜਿਹੜੀ ਹੈਗੀ ਮਹਿੰਗਾਈ ਯਾਨੀ ਕਿ ਸੂਚਕਾਂਕ ਨਾਲ ਜੋੜਨਾ ਬਹੁਤ ਜ਼ਰੂਰੀ ਹੈ ਠੀਕ ਹੈ ਸੂਚਕ ਨਾਲ ਨਹੀਂ ਜੁੜਦਾ ਉਨੀ ਦੇਰ ਤੱਕ ਲਾਸਟ ਮਿੰਟ ਡੀਜ਼ਲ 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 ਸਾਡੇ ਦੇਸ਼ 'ਚ ਛੋਟੇ ਹੁੰਦੇ ਤੋਂ ਪੜਾਇਆ ਗਿਆ ਕਿ ਅੱਧਾ ਰੇਟ ਕਿਉਂ ਰੱਖਦਾ ਸੀ ਪੈਟਰੋਲ ਤੋਂ ਤਾਂ ਕਿ ਕਿਸਾਨੀ ਦੀ ਮਦਦ ਹੋ ਸਕੇ ਹੁਣ ਇਹਨਾਂ ਦੀ ਸਰਕਾਰ ਦੇ ਅੰਦਰ ਡੀਜ਼ਲ ਸਿਰਫ 5 ਰੁਪਏ ਸਸਤਾ ਹੈ ਜੀਡੀਪੀ ਦੀ ਵੀ ਗੱਲ ਕੀਤੀ ਇਹ ਹਾਲ ਹੈ ਵਾਰ ਮਿੰਟ ਗੱਲ ਕੀ ਬਾਤ ਹੈ ਫਟਾਫਟ ਜਿਹੜਾ ਕਿਹਾ ਵੀ ਕਿਸਾਨੇ ਖਰਚਾ ਘਟਾਵੇ ਉਹਦਾ ਅੱਧਾ ਕਿ ਜਵਾਬ ਦੇ ਦਿੱਤਾ ਇਹਨਾਂ ਨੇ ਵੀ ਕਿਸਾਨੀ ਖਰਚਾ ਨਹੀਂ ਘਟਾ ਸਕਦੀ ਖਰਚਾ ਸਰਕਾਰ ਨੇ ਘਟਾਉਣਾ ਹੈ ਜਿਹੜਾ ਕਿਹਾ ਜਾਂਦਾ ਵੀ ਮਹਿੰਗਾਈ ਵਧੂਗੀ ਮੈਂ ਪੁੱਛਣਾ ਚਾਹੁੰਦਾ ਸਰਕਾਰਾਂ ਨੂੰ ਵੀ ਜਾਂ ਮਹਿੰਗਾਈ ਜਦ ਕਿਉਂ ਨਹੀਂ ਵੱਧਦੀ ਜਦ 6 ਮਹੀਨੇ ਬਾਅਦ ਮੁਲਾਜ਼ਮ ਦੀ ਤਨਖਾਹ ਵੱਧਦੀ ਹੈ ਹਰ ਉਹਨਾਂ ਨੂੰ ਬਿਨਾਂ ਪੁੱਛੇ ਬਿਨਾਂ ਕਾਸੇ ਦੀ ਤਨਖਾਹ ਦੇ ਦਿੱਤੀ ਜਾਂਦੀ ਹੈ ਮਿਨਿਸਟਰ 1 ਮਿੰਟ ਲੱਗਦਾ ਜਾਂ ਤਾੜੀ ਮਾਰਦੇ ਆ ਸਾਰਿਆਂ ਦੀ ਤਨਖਾਹ ਵੱਧ ਜਾਂਦੀ ਹੈ ਉਹਦੇ ਨਾਲ ਮਹਿੰਗਾਈ ਨਹੀਂ ਵੱਧਦੀ ਗਵਰਨਰ ਤੋਂ ਲੈ ਕੇ ਰਾਸ਼ਟਰਪਤੀ ਤੱਕ ਤਨਖਾਹਾਂ ਵੱਧ ਕੇ ਜਾਂ ਮਹਿੰਗਾਈ ਨਹੀਂ ਵੱਧਦੀ ਕਿਆ ਉਹ ਜਦ ਗਰੀਬ ਕਿਸਾਨ ਤੇ ਉੱਤੇ ਆ ਕੇ ਮਹਿੰਗਾਈ ਪੈਂਦੀ ਹੈ ਫਿਰ ਸਬਸਿਡੀ ਦਾ ਅਨਾਜ ਆ ਜਿਹੜਾ ਉਹ ਗਰੀਬ ਤਬਕੇ ਨੂੰ ਦਿੱਤਾ ਜਾਂਦਾ ਹੈ ਜਦ ਉਹਨਾਂ ਨੂੰ ਉਹ ਸਬਸਿਡੀ ਦਾ ਅਨਾਜ ਦਿੰਦੇ ਰਹਿਣਾ ਉਹਨਾਂ ਨੂੰ ਮਹਿੰਗਾਈ ਦਾ ਕੀ ਅਸਰ ਪਊਗਾ ਦੋ ਤੁਸੀਂ ਮੈਡੀਕਲ ਫੀ ਦੋ ਉਹਨਾਂ ਦੀ ਕਿਉਂ ਕਿਸਾਨ ਦੇ ਬੱਚੇ ਮੈਂ ਕੋ ਵਕਤ ਨਹੀਂ ਆ ਵਕਤ ਨਹੀਂ ਕੀ ਕਰਾਂ ਪਤਾ ਨਾ ਇਹ ਕੋ ਵਕਤ ਨਹੀਂ ਆ ਕਿ ਸਾਹਿਬ ਇਹ ਕੋ ਵਕਤ ਨਹੀਂ ਸਮਝ ਕਰ ਗੱਲ ਕਰਨੀ ਹੈ 5 ਰੁਪਏ ਦਾ ਮੈਡੀਕਲ ਫਟਾਫਟ ਫਟਾਫਟ ਮੈਂ ਇੱਕ ਬੇਨਤੀ ਕਰਨੀ ਸੀ ਨਾ ਸਾਰੇ ਪੈਨਲਿਸਟ ਨੇ ਗੱਲ ਕਹੀ ਹੈ ਤੁਸੀਂ ਵੀ ਗੱਲ ਕਹੀ ਹੈ ਵੀ ਦਲਾਲੀ ਕਿਵੇਂ ਖਤਮ ਹੋ ਸਕਦੀ ਹੈ ਅੱਜ ਹੀ ਥੇੜੀ ਸਾਹਿਬ ਨੇ ਕਿਹਾ ਕਿ ਰਾਜਪੁਰੇ ਮੰਡੀ ਜੋ ਮਾਣਯੋਗ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦਾ ਜ਼ਿਲ੍ਹਾ ਹੈ ਉਹਦੇ 'ਚ 800 ਰੁਪਏ ਪ੍ਰਤੀ ਕੁਇੰਟਲ ਵਿਕੀ ਹੈ ਤੇ ਅੱਜ ਹੀ ਉਸ ਏਜੰਸੀ ਜਾਂ ਆੜਤੀ ਦਾ ਲਾਇਸੈਂਸ ਤੁਰੰਤ ਬੰਦ ਕੈਂਸਲ ਕੀਤਾ ਜਾਵੇ ਤਾਂ ਜੋ ਇਹ ਦਲਾਲੀ ਠੀਕ ਹੈ ਮੈਨੂੰ ਇੱਕ ਸਵਾਲ ਦਾ ਜਵਾਬ ਦਿਓ ਜਾਂਦੇ ਆਂਦੇ ਮੈਨੂੰ ਸਵਾਲ ਦਾ ਜਵਾਬ ਦਿਓ ਜਾਂਦੇ ਆਂਦੇ ਜਿਹੜੇ ਝੋਨੇ ਦੀ ਐਮਐਸਪੀ ਹੁਣ ਵਧੀ ਹੈ ਉਹਦੇ ਨਾਲ ਤੁਸੀਂ ਕਿਸਾਨ ਇੱਕ ਮਿੰਟ ਮੰਨ ਦਿਓ ਤੁਸੀਂ ਕਿਸਾਨ ਹੋ ਤੁਹਾਨੂੰ ਫਾਇਦਾ ਹੋਊਗਾ ਨੁਕਸਾਨ ਹੋਊਗਾ 100% ਕਿਸਾਨ ਨੂੰ ਫਾਇਦਾ ਜੀ ਕਿਸਾਨ ਨੂੰ ਤੁਹਾਨੂੰ ਹੋਗਾ ਕਿ ਨਹੀਂ ਹੋਗਾ ਤੁਹਾਨੂੰ ਪਰਸਨਲ ਪੁੱਛ ਰਿਹਾ ਮੈਂ ਨਹੀਂ ਜੀ ਸਵਾਲ ਕਰ ਰਿਹਾ ਤੁਹਾਨੂੰ ਮੈਂ ਪਰਸਨਲ ਕਿਵੇਂ ਗੱਲ ਕਰੋ ਤੁਸੀਂ ਗੱਲ ਕਿਸਾਨ ਦੀ ਕਰੋ ਮੈਂ ਕਿਸਾਨ ਤੁਹਾਨੂੰ ਫਾਇਦਾ ਹੋਊਗਾ ਕਿ ਨਹੀਂ ਹੋਗਾ ਤੁਸੀਂ ਪੰਜਾਬ 'ਚ ਵੱਸਦੇ ਹੋ ਪੰਜਾਬ ਦੇ ਕਿਸਾਨ ਹੋ ਤੁਸੀਂ ਤੁਸੀਂ ਕਹਿ ਰਹੇ ਕਿਸਾਨ ਹਤੈਸ਼ੀ ਪਾਰਟੀ ਹੈ ਤੁਸੀਂ ਖੁਦ ਕਿਸਾਨ ਹੋ ਨਾ ਤੁਹਾਨੂੰ ਫਾਇਦਾ ਹੋਊਗਾ ਇਸ ਐਮਐਸਪੀ ਨਾਲ ਕਿ ਨਹੀਂ ਜੇ ਤੁਹਾਨੂੰ ਫਾਇਦਾ ਹੋਣ ਜਾ ਰਿਹਾ ਤਾਂ ਮੈਂ ਸਾਰੇ ਕਿਸਾਨਾਂ ਦਾ ਫਾਇਦਾ ਮੰਨ ਲੈਣਾ ਬਸ਼ਰਤੇ ਕਿ
स्वागत क्यों कर रहे हो किसान ने करना इस पैनल ने नहीं करना है सुन लिया इस पैनल ने की कुछ किया कुछ दसिया मार किन पेगी के वादा किन वधाएगा बहुत सारे सवाल है सवाल अजे बाकी है क्योंकि MSP कार्ड अजे शुरू होया बहुत धन्यवाद।